हाँ जी, स्वागत है जी। आप सब्जी दाल देते हैं एपिसोड विच। मैं वीरेंद्र सिंह, एक बार फिर तो थोड़े लिए हाजिर हाँ। वीडियो हमने लाइक कर दो, क्योंकि बाद चुकी पतेंते के ख्यालों में खो के वीडियो लाइक करना भी भुल जाना। सो ज्यादा समय ना गवाइए, शुरू कर दें अपना पतेंते इन पंजाबी। सेने वाले की साली तारा पीदा कौन पेंदेंसा दिल दी अच्छी परचेन तो सलीता तुहानू पता ही चढ़ना रापिदा खड़ी पेंदेंसा ढलान दिल दी अच्छी परचेन तो। हुण इत्थे की आ जी, इह पनैलो जिहड़ी आ इह पिछली जिहड़ी वीडियो च आपां पनैलो कीती सी उहदी उल्टी आ। उहदे च इधरली साइड दा दी अच्छी परचेन तो सी, इस बार इधरली साइड दा दी अच्छी परचेन तो आ। इन शोर्ट इह वाली चढ़ाई है ते उह वाली उतराई सी, ठीक है जी। हुण उह की कहिंदा है, रापिदा खड़ी होना सलीता चढ़ाई, मतलब कि खड़ी होई जिहड़ी खड़ी चढ़ाई है उहनूं चढ़ना, ठीक है। कौन पेंदे सर दिए जी प्रचिन तो तुम दसिया भी हर 10 मीटर से 1 मीटर वाद थले ढलान आवे उन्होंने कहें पेंदे सदल दिए जी प्रचिन तो। सेने वाले का फिगुर आता है पोस्टो प्रीमा जो ना सलीता रापिदा, कहें जो निशान है यह पहला लगा होएगा सलीता रापिदा तो, मतलब चढ़ाई तो पहला लगा होएगा, ठीक है जी। सेने वाले का फिगुर आता प्रेन चाहना सलीता द पैरकोर रे कौन प्रुदेंसा, कहता जी जो सेने वाले आ कहता पाया ਵੀ ਇੱਕ ਚੜ੍ਹਾਈ ਹੈ ਉਹਨਾਂ ਸਲੀਤਾ ਚੜ੍ਹਾਈ ਹੈ ਫਿਰ ਕੋਰ ਜਿਹਦੇ 'ਤੇ ਆਪਾਂ ਚੱਲਣਾ ਹੈ ਪ੍ਰੁਦੈਨ ਸਾਹਿਬ ਧਿਆਨ ਨਾਲ, ਠੀਕ ਹੈ ਜੀ। ਇਲ ਸੇਨਾ ਦਾ ਫਿਗੁਰਾ ਤੋਂ ਪਹਿਲਾਂ ਜਾ ਉਨ ਤਰਾਤੋ ਦਿਸਤਰਾਦਾ ਦਾ ਫਿਰ ਕੋਰ ਰੇ ਕੌਨ ਮਾਰਚਾ ਅਦੇ ਗੁਆਤਾਮੇਂਤੇ ਪਾਸਾ। ਸੇਮ ਮੂਵਮੈਂਟ ਜਿਵੇਂ ਪਿੱਛੇ ਸੀ ਪਿਛਲੀ ਵੀਡੀਓ 'ਚ, ਵੀ ਆਪਾਂ ਨੂੰ ਸਹੀ ਤਰੀਕੇ ਨਾਲ ਇੱਕ ਹਿੱਸਾ ਸੜਕ ਦਾ ਉਨ ਤਰਾਤੋ ਦਿਸਤਰਾ ਦਾ ਇੱਕ ਸੜਕ ਦਾ ਹਿੱਸਾ ਹੈ ਜਿੱਥੇ ਕਿ ਆਪਾਂ ਨੂੰ ਮਾਰਚਾ ਗੇਰ, ਠੀਕ ਹੈ, ਸਹੀ ਤੌਰ 'ਤੇ ਛੋਟਾ ਰੱਖਣਾ ਪੈਣਾ, ਠੀਕ ਹੈ। Il segnale è raffigurato specifica la pendenza della salita. Specifica, darshaunda e dikhaunda. La pendenza, talan. Salita, chadai di. Kanda di chadai di talan, dikhaunda. Ok, vero? Il segnale è raffigurato pronuncia un tratto di strada da percorrere con il pedale della frizione abbassato. Kanda jak sadak da hissa è un tratto di strada da percorrere. Jidete appano drive karna hai con pedale della frizione abbassato. Vi appano clutch dabake. ਚਲਾਉਣਾ ਹੈ, ਠੀਕ ਹੈ ਜੀ, ਵੀ ਪੈਦਾਲੇ ਪੈਰ ਨਾਲ ਰਿਸਿਓਨੇ ਕਲੱਚ ਅਬਸਾ ਤੋਂ ਦਬਾਇਆ ਹੋਇਆ, ਠੀਕ ਹੈ ਜੀ। ਫਾਲਸੋ, ਕਿਉਂਕਿ ਆਪਾਂ ਨੂੰ ਕਲੱਚ ਦਬਾਉਣ ਦੀ ਨਹੀਂ ਲੋੜ ਹੈਗੀ, ਆਪਾਂ ਨੂੰ ਸਿਰਫ ਆਪਣੀ ਸਪੀਡ ਅਤੇ ਆਪਣਾ ਡਿਸਟੈਂਸ ਮੇਨਟੇਨ ਕਰਕੇ ਰੱਖਣਾ, ਠੀਕ ਹੈ ਜੀ। ਇਲ ਸੇਨਿਆਲੇ ਦਾ ਫਿਗੁਰਾਤੋ ਪ੍ਰਨੁੰਚਾ ਉਨ ਤਰਾਤੋ ਦੀ ਸਟਰਾਦਾ ਨੈਲ ਕੁਆਲੇ ਓਮੈਂਟਾ ਲੋ ਸਪਾਸੀਓ ਦੀ ਫਰੇਨਾਤੂਰਾ ਦੈਲ ਵੀਕੋਲੋ, ਕਹਿੰਦਾ ਜੀ ਇੱਕ ਹਿੱਸਾ ਸੜਕ ਦਾ ਜਿੱਥੇ ਕਿ ਨੈਲ ਕੁਆਲੇ ਜਿੱਥੇ ਕਿ ਓਮੈਂਟਾ ਵੱਧਦਾ ਹੈ ਸਪਾਸੀਓ ਦੀ ਫਰੇਨਾਤੂਰਾ ਦੈਲ ਵੀਕੋਲੋ। ਹੁਣ ਇਸ ਕੁਸ਼ਚਨ ਵਿੱਚ ਜੀ ਗੱਲ ਧਿਆਨ ਦੇਣ ਯੋਗ ਹੈ ਕਿ ਜਦੋਂ ਦਿਸ਼ੇਜ਼ਾ ਹੋਵੇ, ਮਤਲਬ ਕਿ ਜਿਹੜੀ ਪਿਛਲੀ ਵੀਡੀਓ 'ਚ ਪੜਿਆ ਸੀ ਵੀ ਜਦੋਂ ਦਿਸ਼ੇਜ਼ਾ ਹੋਏਗਾ ਉਦੋਂ ਇਹ ਵਾਲਾ ਕੁਸ਼ਚਨ ਵੇਰੋ ਹੋਏਗਾ, ਜਿਹਦਾ ਕਿ ਮਤਲਬ ਹੈ ਉਨਤਰਾਤੂ ਦੀ ਸਟਰਾਦਾ ਇੱਕ ਸੜਕ ਦਾ ਹਿੱਸਾ ਨੈਲ ਕੁਆਲੇ ਆਉ ਪੇਂਟਾ ਜਿਹਦੇ 'ਚ ਵੱਧਦਾ ਹੈ ਲੋ ਸਪਾਸੀਓ ਸਪੇਸ ਜਗ੍ਹਾ ਦੀ ਫਰੇਨਾ ਪੂਰਾ ਬ੍ਰੇਕ ਵਾਲੀ ਦਿਲ ਵੀ ਕੋਲੋ, ਵੀ ਗੱਡੀ ਦਾ ਜਿਹੜਾ ਸਪੇਸ ਹੈ ਜਿਹੜਾ ਆਪਾਂ ਬ੍ਰੇਕ ਮਾਰਨਾ ਉਹ ਵੱਧਦਾ, ਮਤਲਬ ਕਿ ਜੀ ਗੱਡੀ ਉਤਰਦੇ ਹੋਏ ਗ੍ਰੈਵਿਟੀ ਦੇ ਫੋਰਸ ਕਰਕੇ ਗੱਡੀ ਆਪਣੇ ਆਪ ਰਿੜਦੀ ਹੈ। ਸੋ ਉੱਥੇ ਆਪਾਂ ਨੂੰ ਕੀ ਕਰਨਾ ਪੈਂਦਾ ਵੀ ਆਪਾਂ ਨੂੰ ਸਪੇਸ ਵਧਾਉਣਾ ਪੈਂਦਾ ਬ੍ਰੇਕਾਂ ਨਾਲ, ਠੀਕ ਹੈ ਜੀ, ਵੀ ਅਗਲੀ ਗੱਡੀ ਨਾਲ ਜਿਹੜਾ ਸਪੇਸ ਹੁੰਦਾ ਆਪਾਂ ਨੂੰ ਵਧਾਉਣਾ ਪੈਂਦਾ ਬ੍ਰੇਕਾਂ ਨਾਲ। ਪਰ ਜਦੋਂ ਆਪਾਂ ਗੱਡੀ ਨਾਲ ਚੜ੍ਹਾਈ ਚੜ੍ਹਦੇ ਪਏ ਹਾਂ ਉਦੋਂ ਸਿਰਫ ਆਪਾਂ ਨੂੰ ਆਪਣੀ ਸਪੀਡ ਆਪਣੇ ਮਾਰਚੇ ਅਤੇ ਆਪਣੀ ਡਿਸਟੈਂਸ 'ਤੇ ਧਿਆਨ ਰੱਖਣਾ ਹੁੰਦਾ, ਠੀਕ ਹੈ ਜੀ। ਪਰ ਇਹਦੇ ਵਿੱਚ ਇਹ ਫਾਲਸ ਹੋਏਗਾ, ਜਦੋਂ ਇਹ ਚੜ੍ਹਾਈ ਚੜ੍ਹਦੀ ਹੋਵੇ ਉਦੋਂ ਇਹ ਫਾਲਸ ਹੋਏਗਾ, ਵੀ ਸਪਾਸੀਓ ਦੀ ਫਰੇਨਾ ਤੂਰਾ ਉਦੋਂ ਨਹੀਂ ਵੱਧਦਾ, ਠੀਕ ਹੈ ਜੀ। ਜਦੋਂ ਇਹ ਪਨੈਲੋ ਹੋਵੇ ਉਦੋਂ ਸਪਾਸੀਓ ਦੀ ਫਰੇਨਾ ਤੂਰਾ ਨਹੀਂ ਵੱਧਦਾ, ਠੀਕ ਹੈ ਜੀ, ਫਾਲਸੋ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੁੰਚਾ ਉਨ ਤਰਾਤੋ ਦੀ ਸਤਰਾਦਾ ਪੈਰ ਕਲੋਜ਼ ਆ ਪੈਰ ਕੂਰਵੇ ਸਤਰੈਤੇ, ਹੁਣ ਉਹ ਕਹਿੰਦਾ ਜੀ ਵੀ ਜਿਹੜੀ ਸੜਕ ਦਾ ਇੱਕ ਹਿੱਸਾ ਹੈ ਉਹ ਖਤਰਨਾਕ ਹੈ ਕੂਰਵਿਆਂ ਤੋਂ, ਕੂਰਵੇ ਦੇ ਟਾਇਰ ਨੇ ਸਤਰੈਤੇ ਹੋਣਾ ਟਾਇਰ ਤੰਗ, ਠੀਕ ਹੈ ਜੀ, ਵੀ ਤੰਗ ਹੋਏ ਮੋੜਾਂ ਤੋਂ ਇਹ ਖਤਰਨਾਕ ਹੈ। ਪਰ ਇਹ ਪਨੈਲੋ ਐਸਾ ਕੁਛ ਨਹੀਂ ਦੱਸਦੀ ਮੋੜਾਂ ਮਾਰੇ, ਠੀਕ ਹੈ ਜੀ। ਮੋੜਾਂ ਵਾਲੀ ਪਨੈਲੋ ਜਿਹੜਾ ਆਪਾਂ ਪਿੱਛੇ ਕੀਤੀ ਸੀ ਉਹ ਵਾਲੀ ਹੁੰਦੀ, ਇਹਦੇ 'ਚ ਸਿਰਫ ਪੇਂਦੇਂਸਾ ਦੀ ਗੱਲ ਕੀਤੀ ਗਈ ਹੁੰਦੀ, ਠੀਕ ਹੈ ਜੀ। ਖਾਲਸੋ ਵਧਿਆਂਗੇ। ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਪ੍ਰਨੁੰਚਾ ਉਹਨਾਂ ਦੀ ਸ਼ੇਜ਼ਾ ਇਹਨੇ ਸਪੈਸੀਫਿਕ ਆਲਾ ਪੇਂਦੇਂਸਾ, ਹੁਣ ਇੱਥੇ ਉਲਟਾ ਬੋਲਤਾ ਜੀ ਇਹਨੇ, ਧਿਆਨ ਰੱਖਣਾ ਇਸ ਗੱਲ ਦਾ। ਕਹਿੰਦਾ ਪਿਆ ਜੀ ਵੀ ਜਿਹੜਾ ਸਾਈਨ ਹੈ ਤੁਹਾਨੂੰ ਦੱਸਦਾ ਪਿਆ ਉਹਨਾਂ ਦੀ ਸ਼ੇਜ਼ਾ, ਇੱਥੇ ਦੀ ਸ਼ੇਜ਼ਾ ਲਿਖਤਾ ਉਹਨਾਂ ਸਲੀਤਾ ਨੇ ਲਿਖਿਆ ਦੀ ਸ਼ੇਜ਼ਾ ਲਿਖਤਾ ਹੈ, ਇਹਨੇ ਸਪੈਸੀਫਿਕ ਆਲਾ ਪੇਂਦੇਂਸਾ ਵੀ ਢਲਾਨ ਨੂੰ ਸਪੈਸੀਫਾਈ ਕਰਦਾ ਹੈ। ਪਰ ਨਹੀਂ ਜੀ, ਆਪਣਾ ਇੱਥੇ ਸਲੀਤਾ ਹੁੰਦਾ ਅਤੇ ਵੇਰੋ ਹੋਣਾ ਸੀ, ਇੱਥੇ ਦੀ ਸ਼ੇਜ਼ਾ ਆ ਗਿਆ, ਇਸ ਕਰਕੇ ਫਾਲਸੋ ਹੋ ਗਿਆ। ਵਧਦੇ ਹਾਂ ਜੀ ਅੱਗੇ 96 ਪੂਰਾ 97 ਨੰਬਰ ਪੇਜ। ਸਿਨਿਆਲੇ ਦੀ ਸਤਰੇ ਤੋਈਆ ਸਿਮੈਟ੍ਰਿਕਾ, ਇਹ ਆ ਜੀ ਪਨੈਲੋ ਆਪਣੀ। ਇਹਦੇ ਮੁਤਾਬਿਕ ਕੀ ਹੁੰਦਾ ਜੀ, ਆ ਰੋਡ ਚੌੜਾ, ਚੌੜੇ ਰੋਡ ਤੋਂ ਅੱਗੇ ਜਾ ਕੇ ਛੋਟਾ ਰੋਡ ਬਣਦਾ ਪਿਆ,
ਠੀਕ ਹੈ ਜੀ, ਕਿਸੇ ਕਾਰਨਵਸ਼ ਕਿਸੇ ਕਾਰਨ ਕਰਕੇ ਕਿਸੇ ਰੀਜ਼ਨ ਕਰਕੇ ਇਹ ਰੋਡ ਨੂੰ ਛੋਟਾ ਕਰਨਾ ਪੈਂਦਾ ਹੈ। ਠੀਕ ਹੈ ਜੀ, ਪੜ੍ਹਦੇ ਹਾਂ ਇਹਦੇ ਬਾਰੇ। ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਫਿਰ ਨੂੰ ਜਾਉਂ ਰਿਸਤਰਿੰਜ ਜਿਵੇਂ ਤੋਂ ਦਿਲਾ ਕਰੇ ਜਾਤਾ ਰਿਸਤਰਿੰਜ ਜਿਵੇਂ ਤੋਂ ਹੀ ਹੋ ਜੀ ਤੰਗ ਹੋਣਾ ਰੋਡ ਦਾ। ਠੀਕ ਹੈ ਜੀ, ਛੋਟਾ ਹੋਣਾ ਰੋਡ ਦਾ ਤੰਗ ਹੋਣਾ, ਵੇਰੋ ਵੀ ਕਰੇ ਜਾਤਾ ਛੋਟਾ ਹੋਣ ਡਿਆ ਤੰਗ ਹੋਣ ਡਿਆ। ਅੱਧੇ ਅੱਗੇ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਫਿਰ ਨੂੰ ਜਾਉਂ ਸਤ੍ਰਿਤ ਹੋਇਆ ਕੋਨ ਪ੍ਰੋਬੇਬਿਲੀ ਡਿਫਿਕੋਲਿਤਾ ਦਿਨਕਰੋਚੋ con i vicoli provenienti dal senso opposto, una strettoia tenghi con probabili difficoltà, difficoltà muscol, probabili ho sagda, probabili sambavat ya ho sagda, ठीक है जी, मतलब कि तंगी आपन आ सकदी, मुश्किल आपन आ सकदी है, difficoltà muscol, dincrocio crossing te con vicoli provenienti, मतलब जो कि सामने की गड्डी आन दी है, ਦਲ ਸੈਂਸ ਪੋਸਤੋਂ ਵੀ ਦੂਸਰੇ ਸੈਂਸੋ ਤੋਂ। ਠੀਕ ਹੈ ਜੀ, ਆਪਣੇ ਜੇ ਦੂਸਰੀ ਓਪੋਜ਼ਿਟ ਸਾਈਡ ਤੇ ਜਿਹੜੀ ਜਿਹੜੀ ਆਪਣੇ ਦੂਸਰੀ ਸਾਈਡ ਆਪਣੇ ਸਾਹਮਣੇ ਹੋ ਇੱਕ ਹੋਰ ਗੱਡੀ ਜਿਹੜੀ ਆਉਂਦੀ ਹੋਏਗੀ ਉਹਦੇ ਨਾਲ ਆਪਾਂ ਨੂੰ ਮੁਸ਼ਕਲ ਪੇਸ਼ ਆ ਸਕਦੀ ਹੈ ਕ੍ਰੋਸਿੰਗ ਕਰਦੇ ਹੋਏ। ਠੀਕ ਹੈ ਜੀ, ਫਿਰ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਪ੍ਰਨੁੰਚਾ ਉਨ ਸਟ੍ਰਿੰਜੀਮੈਂਟੋ ਸੂਈ ਦੂਏ ਲਾਤੀ ਦਿਲਾ ਕਰੇ ਜਾਤਾ। ਹੁਣ ਇੱਥੇ ਇੱਕ ਗੱਲ ਧਿਆਨ ਰੱਖਿਓ ਜੀ, ਜਿਹੜੀ ਆਪਾਂ ਨੈਲੋ ਹੈ ਨਾ ਇਹ ਦੋਨੋਂ ਸਾਈਡ ਤੋਂ ਛੋਟੀ ਹੁੰਦੀ ਹੈ, ਦੇਖੋ ਇਸ ਪਾਸਿਓਂ ਵੀ ਅਤੇ ਇਸ ਪਾਸਿਓਂ ਵੀ। ਕਈ ਕੀ ਹੁੰਦੀਆਂ ਨੇ ਵੀ ਇਸ ਪਾਸੇ ਸਿੱਧਾ ਹੀ ਹੁੰਦਾ ਪਰ ਇਸ ਪਾਸੇ ਤੰਗੀ ਆਈ ਹੁੰਦੀ ਹੈ, ਅਤੇ ਕਈ ਹੁੰਦੀਆਂ ਨੇ ਜਿੱਦਾਂ ਇਹ ਸਿੱਧਾ ਹੁੰਦਾ ਪਰ ਇਸ ਪਾਸੇ ਤੰਗੀ ਆਈ ਹੁੰਦੀ। ਠੀਕ ਹੈ ਜੀ, ਹੁਣ ਇੱਥੇ ਕੀ ਕਹਿੰਦੇ ਕੁਸ਼ਚਨ 'ਚ, ਵੀ ਇੱਕ ਤੰਗੀ ਹੈ ਉਹਦੇ ਸਤਰਿੰਗ ਜਿਵੇਂ ਤੋਂ ਇੱਕ ਤੰਗੀ ਹੈ ਸੂਈ ਦੂਏ ਲਾਤੀ ਲਾਤੀ ਹੁੰਦੀ ਹੈ ਸਾਈਡਾਂ। ਠੀਕ ਹੈ ਜੀ, ਵੀ ਦੋਨੋਂ ਸਾਈਡਾਂ ਤੋਂ ਤੰਗੀ ਆ ਸਕਦੀ ਹੈ, ਜਿਹੜਾ ਕਰੇ ਜਾਤਾ ਤਾਂ ਦੋਨੋਂ ਸਾਈਡਾਂ ਤੋਂ ਤੰਗੀ ਆ ਸਕਦੀ ਹੈ। ਵੇਰ ਇਲ ਸੇਨੇ ਵਾਲੇ ਇਨ ਫਿਗੂਰਾ ਇਹ ਹੁਣ ਸੇਨੇ ਵਾਲੇ ਦੀ ਪੇਰੀ ਕੋਲੋਂ ਕਹਿੰਦਾ ਖਤਰੇ ਦਾ ਇੱਕ ਨਿਸ਼ਾਨ ਹੈ। ਹਾਂਜੀ, ਤੁਹਾਨੂੰ ਦੱਸਿਆ ਸੀ ਤ੍ਰਿਕੋਣਾ ਨੇ ਵੇਦਾਂ ਦਾ ਤ੍ਰਿਕੋਣਾ ਖਤਰੇ ਦਾ ਨਿਸ਼ਾਨ ਹੀ ਹੋਏਗਾ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਸੇ ਆਪੋਂ ਦੋ ਜਾਲੋ ਇਹ ਪੋਸ ਤੋਂ ਇਨ ਪ੍ਰੈਜੈਂਸਾ ਦੀ ਉਨ ਕਾਂਤੀਏਰੇ ਸਤਰਦਾਲੇ ਘੇਰੇ ਦੂਚੇ ਲਾਰਗੇਸਾ ਦਿਲਾ ਕਰੇ ਜਾਤਾ। ਹੁਣ ਕਹਿੰਦਾ ਜੀ ਜੇਕਰ ਪਨੈਲੋ ਜਾਲੋ ਹੋਵੇ ਇਹਦਾ ਮਤਲਬ ਇਹ ਹੈ ਕਿ ਜੋ ਉੱਥੇ ਕੰਮ ਚੱਲਦਾ ਪਿਆ ਸੜਕ ਦਾ ਅਤੇ ਜਿਹਦੇ ਕਰਕੇ ਸੜਕ ਦੀ ਜਿਹੜੀ ਚੜ੍ਹਾਈ ਹੈ ਉਹ ਘੱਟ ਹੋ ਗਈ ਹੈ। ਠੀਕ ਹੈ ਜੀ, ਵਧਿਆ ਅੱਗੇ। ਇਲ ਸੇਨੇ ਵਾਲੇ ਰਫਿਗੁਰਾ ਤੋਂ ਕੰਪੋਰਤਾ ਦੀ ਮੋਦੇਰਾ ਰੇਲਾ ਵਿਲੋਚਿਤਾ ਉਹੀ ਜੀ ਵੀ ਆਪਾਂ ਨੂੰ ਸਪੀਡ ਨੂੰ ਸੈੱਟ ਕਰਨਾ ਪੈਣਾ, ਆਪਣੀ ਸਪੀਡ ਨੂੰ ਘਟਾਉਣਾ ਪੈਣਾ। ਠੀਕ ਹੈ, ਇਲ ਸੇਨੇ ਵਾਲੇ ਰਫਿਗੁਰਾ ਤੋਂ ਪ੍ਰਨੁੰਚਾ ਉਨ ਸੈਂਸੋ ਨਿਕੋਲ ਤਰਨਾਤੋ ਕੋਨ ਲੋਬਲੀਗੋ ਦਿਦਾਰੇ ਲਾ ਪ੍ਰੈਚੇਡੈਂਸਾ ਆਈ ਵੀਕੋਲੀ ਪ੍ਰੋਵੇਨੀਐਂਟੀ ਦਲਾਲਟਰੋ ਸੈਂਸੋ। ਹੁਣ ਉਹ ਕੀ ਕਹਿੰਦਾ ਪਿਆ ਜੀ, ਵੀ ਇੱਕ ਸੈਂਸੋ ਨਿਕੋਲ ਤਰਨਾਤੋ ਆ, ਵੀ ਇੱਕ ਸੈਂਸੋ ਨਿਕੋ ਆ ਜਿਹਦੇ 'ਤੇ ਓਬਲੀਗੋ ਆ ਜ਼ਰੂਰੀ ਆ ਪ੍ਰੈਚੇਡੈਂਸਾ ਦੇਣਾ ਪੈਣਾ ਜਿਹੜੀ ਗੱਡੀਆਂ ਸਾਹਮਣੇ ਦਿਓ ਆ ਰਹੀਆਂ ਉਹਨਾਂ ਨੂੰ। ਮਤਲਬ ਕਿ ਜੀ ਉਹ ਕਹਿੰਦਾ ਵੈ ਜੀ ਆਪਣੀ ਜਿਹੜੀ ਹੈ ਜਿਹੜੀ ਆਪਾਂ ਨੈਲੋ ਹੋਏ ਇਹ ਇੱਕ ਤਰ੍ਹਾਂ ਦਾ ਸੈਂਸੋਨਿਕ ਹੋਏ ਜਿਹਦੇ ਸਿਰਫ ਇੱਕ ਤਰਫ ਦੀ ਗੱਡੀ ਚੱਲਦੀਆਂ ਨੇ, ਪਰ ਜੇਕਰ ਦੂਸਰੀ ਸਾਈਡ ਤੋਂ ਜਿਹੜੀ ਗੱਡੀਆਂ ਆਉਂਦੀਆਂ ਨੇ ਆਪਾਂ ਨੂੰ ਉਹਨਾਂ ਨੂੰ ਪਹਿਲ ਦੇਣੀ ਪੈਣੀ। ਪਰ ਆਪਾਂ ਨੂੰ ਜਿੱਦਾਂ ਕਿ ਪਤਾ ਹੀ ਹੈ ਜੀ ਆਪਾਂ ਨੈਲੋ ਸਿਰਫ ਚੌੜਾਈ ਘੱਟ ਕਰਨ ਵਾਲੇ ਹੀ ਸ਼ੋਅ ਹੁੰਦੀ ਵੀ ਸੜਕ ਦੀ ਚੌੜਾਈ ਘੱਟ ਹੋ ਗਈ ਹੈ। ਠੀਕ ਹੈ ਜੀ, ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੂੰ ਚੱਕ ਕੇ ਵੀ ਕੋਲੀ ਪ੍ਰੋਵੀਨੀਅੰਟ ਦਾ ਲਾਲ ਸੈਂਸੋ ਦੇਵਨੋ ਦਰਚੀ ਦਾ ਪ੍ਰੈਚੀਡੈਂਸਾ। ਕਹਿੰਦਾ ਜੀ ਵੀ ਜਿਹੜੀ ਆਪਾਂ ਨੈਲੋ ਹੋਏ ਇਹ ਸ਼ੋਅ ਕਰਦੀ ਪਈ ਹੈ ਵੀ ਜਿਹੜੀ ਸਾਹਮਣੇ ਜਿਹੜੀ ਗੱਡੀਆਂ ਆਉਣਗੀਆਂ ਉਹਨਾਂ ਨੇ ਤੁਹਾਨੂੰ ਪ੍ਰੈਚੀਡੈਂਸਾ ਦੇਣਾ। ਅੱਗੇ ਵਧਦੇ ਆ ਜੀ, ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੁੰਚਾ ਹੁੰਦੀ ਵੀ ਇਹਤੋਂ ਦੀ ਟ੍ਰਾਂਜ਼ਿਟੋ ਅਲੀ ਆਟੋਬਸ। ਕਹਿੰਦਾ ਜੀ ਮਿਲਿਆ ਪਨੈਲੋ ਹੋਇਆ ਆਪਾਂ ਦੱਸਦੀ ਵੀ ਇੱਥੇ ਆਟੋਬਸ ਦਾ ਜਾਣਾ ਮਨਾ ਹੈ, ਬੱਸਾਂ ਦਾ ਜਾਣਾ ਮਨਾ ਹੈ, ਪਰ ਨਹੀਂ ਜੀ ਐਸਾ ਕੋਈ ਮਨਾ ਨਹੀਂ ਹੈਗਾ, ਕੋਈ ਵੀ ਆ ਜਾ ਸਕਦਾ ਇੱਥੇ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੁੰਚਾ ਉਨ ਲੂੰਗੋ ਰੇਤੇਲੀਨੀਓ, ਲੂੰਗੋ ਲੰਮਾ ਰੇਤੇਲੀਨੀਓ ਸਿੱਧਾ। ਠੀਕ ਹੈ ਜੀ, ਮਤਲਬ ਸਿੱਧੀ ਸੜਕ। ਕਹਿੰਦਾ ਜੀ ਇੱਕ ਸਿੱਧੀ ਸੜਕ ਹੈ ਜਿਹੜੀ ਕਾਫੀ ਦੇਰ ਦੂਰ ਤੱਕ ਜਾਏਗੀ, ਕਾਫੀ ਲੰਮੀ ਹੋਏਗੀ। ਠੀਕ ਹੈ ਜੀ, ਫਾਲਸੋ ਇੱਦਾਂ ਦਾ ਨਹੀਂ ਹੈਗਾ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੁੰਚਾ ਲਿੰਗਰੇਸੋ ਦੀ ਉਹਨਾਂ ਗੈਲਰੀ ਆ। ਕਹਿੰਦਾ ਜੀ ਗੈਲਰੀ ਵਿੱਚ ਵੜਨ ਦੀ ਆਪਾਂ ਨੂੰ ਦੱਸਦਾ ਪਿਆ, ਗੈਲਰੀ ਨਹੀਂ ਹੈਗੀ ਜੀ, ਇਹ ਸੜਕ ਦੀ ਚੌੜਾਈ ਬਾਰੇ ਗੱਲ ਹੋਣ ਡਈ ਇੱਥੇ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਇਹ ਉਨ ਸੇਨੇ ਵਾਲੇ ਦੀ ਪ੍ਰੈਸਕ੍ਰਿਪਸ਼ਨ। ਕਹਿੰਦਾ ਜੀ ਪ੍ਰੈਸਕ੍ਰਿਪਸ਼ਨ ਦਾ ਸੇਨੇ ਵਾਲਿਆ, ਪਰ ਇਹ ਪ੍ਰੈਸਕ੍ਰਿਪਸ਼ਨ ਨਾ ਨਹੀਂ ਹੈਗਾ ਜੀ, ਪੈਰੀਕਲੋ ਦਾ ਧਿਆਨ ਰੱਖਣਾ ਜੀ, ਟ੍ਰਾਇੰਗਲੋ ਮਤਲਬ ਪੈਰੀਕਲੋ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੁੰਚਾ ਉਨ ਅਸਤਰਾਦਾ ਅਸੈਂਸੋਨਿਕੋ। ਕਹਿੰਦਾ ਜੀ ਇਹ ਦੱਸਦਾ ਵੀ ਸੜਕ ਇੱਕ ਸੈਂਸੋਨਿਕੋ ਹੈ, ਪਰ ਸੈਂਸੋਨਿਕੋ ਨਹੀਂ ਹੈਗੀ ਨੇ, ਦੋ ਸੜਕ ਦੀ ਆਵਾਜਾਈ ਹੁੰਦੀ, ਭਾਵੇਂ ਸੜਕ ਦੀ ਚੌੜਾਈ ਘੱਟ ਗਈ ਪਰ ਦੋਨੋਂ ਸੜਕ ਦੀ ਆਵਾਜਾਈ ਹੁੰਦੀ ਰਹੇਗੀ। ਇਲ ਸੇਨੇ ਵਾਲੇ ਦਾ ਫਿਗੂਰਾ ਤੋਂ ਪ੍ਰਨੁੰਚਾ ਉਨ ਕੋਰਸੀਆ ਦੀ ਅਚਲੇਰਾਸਿਓਨੇ। ਕਹਿੰਦਾ ਜੀ ਇਹ ਕੁਰਸੀਆ ਦਾ ਅਚਲੇਰਾਸਿਓਨ ਆ, ਆਪਾਂ ਨੂੰ ਜਿਵੇਂ ਜਿੱਦਾਂ ਕਿ ਪਤਾ ਹੀ ਜੀ ਕੁਰਸੀਆ ਦਾ ਅਚਲੇਰਾਸਿਓਨ ਕੀ ਹੁੰਦਾ। ਠੀਕ ਹੈ ਜੀ, ਇਹ ਵੀ ਫਾਲਸ ਹੋ। ਵਧਦੇ ਅੱਗੇ 97 ਕੰਪਲੀਟ 98। ਸੇਨੇ ਵਾਲੇ ਦੀ ਸਤ੍ਰਿਤੋਇਆ ਸਿਮੈਟ੍ਰਿਕਾ ਇਹ ਸੇਨੇ ਵਾਲੇ ਦੀ ਦ੍ਰਿਤੋ ਦੀ ਪ੍ਰੈਚੀਡੈਂਸਾ ਨਹੀਂ ਸੈਂਸੀ ਉਨੀਚੀ ਅਲਟਰਨਾਟੀਵੀ। 98 ਨੰਬਰ ਪੇਜ ਆ ਜੀ, ਦੋ ਪਨੈਲੀਆਂ ਇੱਥੇ ਬਣੀਆਂ ਤੁਹਾਡੇ ਸਾਹਮਣੇ। ਇਹ ਤੁਹਾਨੂੰ ਪਤਾ ਹੈ ਵੀ ਰੋਡ ਛੋੜਾ ਹੁੰਦਾ, ਰੋਡ ਚੌੜਾ ਘੱਟ ਹੈ, ਇਹ ਪਨੈਲੋ ਦਾ ਮਤਲਬ ਵੀ ਰੋਡ ਦੀ ਜਿਹੜੀ ਚੌੜਾਈ ਹੈ ਵੀ ਰੋਡ ਦੀ ਜਿਹੜੀ ਚੌੜਾਈ ਉਹਦੇ 'ਚ ਫਰਕ ਪਿਆ, ਵੀ ਪਹਿਲਾਂ ਚੌੜਾ ਜ਼ਿਆਦਾ ਸੀ ਹੁਣ ਚੌੜਾ ਘੱਟ ਹੋ ਗਿਆ। ਠੀਕ ਹੈ ਜੀ, ਕਿਸੇ ਕੰਮ ਕਰਕੇ ਜਾਂ ਕੁਛ ਹੋ ਗਿਆ ਅੱਗੇ ਜਿਸ ਕਰਕੇ ਰੋਡ ਦੀ ਚੌੜਾਈ 'ਚ ਫਰਕ ਪਿਆ, ਅਤੇ ਇਹ ਪਨੈਲੋ ਤੁਹਾਨੂੰ ਦੱਸਦੀ ਹੈ। ਇਹ ਪਨੈਲੋ ਨੂੰ ਵੈਸੇ ਆਪਾਂ ਅੱਗੇ ਜਾ ਕੇ ਸਹੀ ਤਰੀਕੇ ਨਾਲ ਪੜ੍ਹਾਂਗੇ,
ਪਰ ਹੁਣ ਇਹ ਸ਼ੋਰਟ ਫਾਰਮ 'ਚ ਤੁਹਾਨੂੰ ਦੱਸ ਦਿੰਦਾ ਵੀ ਜਿੱਥੇ ਚਿੱਟਾ ਚਿੱਟਾ ਤੀਰ ਬਣਿਆ ਉਹਦੇ ਕੋਲ ਤਾਂ ਹੈਗੀ ਹੈ ਪੈਰ, ਉਹ ਜਾ ਸਕਦਾ। ਜਿਹਦੇ ਕੋਲ ਬਣਿਆ ਲਾਲ ਤੀਰ ਉਹਨੂੰ ਨਹੀਂ ਹੈਗੀ ਪੈਰ, ਉਹਨੂੰ ਵੇਟ ਕਰਨਾ ਪੈਣਾ ਕਿ ਇਹ ਗੱਡੀ ਜਾਵੇ ਫਿਰ ਇਹ ਜਾ ਸਕਦਾ। ਠੀਕ ਹੈ ਜੀ, ਧਿਆਨ ਰੱਖਣਾ ਗੱਲ ਦਾ। ਸੋ ਹੁਣ ਵੱਧਦੇ ਹਾਂ ਕੁਸਚਨ ਨਾਲ। ਦੋਪੋ ਇਲ ਸੇਨੇ ਵਾਲੇ ਆ ਸੀ ਪੋਤਰੋ ਵਾਰੇ ਇਲ ਸੇਨੇ ਵਾਲੇ ਬੀ, ਕਹਿੰਦਾ ਸੇਨੇ ਵਾਲੇ ਏ ਤੋਂ ਬਾਅਦ ਤੁਹਾਨੂੰ ਸੇਨੇ ਵਾਲੇ ਬੀ ਲੱਭ ਸਕਦਾ। ਠੀਕ ਹੈ ਜੀ, ਆਂਸਰ ਇਹਦਾ ਵੇਰੋ ਵੀ ਹਾਂਜੀ ਲੱਭ ਸਕਦਾ। ਇਹਨਾਂ ਦੋਨੋਂ ਪੈਨਲੀਆਂ ਦਾ ਮਤਲਬ ਮੈਂ ਤੁਹਾਨੂੰ ਸਮਝਾ ਦਿੱਤਾ ਵੀ ਇਹ ਪੈਨਲੋ ਕੀ ਤੇ ਇਹ ਪੈਨਲੋ ਕੀ ਹੈ। ਇਹ ਪੈਨਲੋ ਤੋਂ ਬਾਅਦ ਇਹ ਪੈਨਲੋ ਮਿਲੇਗੀ ਜਿਹੜੀ ਤੁਹਾਨੂੰ ਦੱਸੇਗੀ ਵੀ ਕਿਹਦੀ ਪਹਿਲੇ ਰੋਡ ਤੇ। ਰੋਡ ਛੋਟਾ ਹੁੰਦਾ ਤੇ ਦੋਨੋਂ ਸੜਕ ਗੱਡੀਆਂ ਫਿਰ ਇਕੱਠੀਆਂ ਨਹੀਂ ਜਾ ਸਕਦੀਆਂ ਤੇ ਤੁਹਾਨੂੰ ਦੱਸਣਗੇ ਵੀ ਕਿਹਦੀ ਪਹਿਲੇ ਤੇ ਕਿੰਨੇ ਰੁਕਣਾ, ਕਿੰਨੇ ਵੇਟ ਕਰਨੀ ਹੈ। ਠੀਕ ਹੈ ਜੀ, ਚਲੋ ਜੀ ਅੱਗੇ ਵਧਦੇ ਹਾਂ ਅਡੀ ਜਿਵੇਂ ਨੰਬਰ ਪੇਜ ਤੇ। ਇਸ ਤੋਂ ਬਾਅਦ ਆਪਾਂ 100 ਪੇਜ ਪੂਰੇ ਕਰ ਲਾਂਗੇ। ਸੋ ਸਿਨੇ ਵਾਲੇ ਦੀ ਸਟ੍ਰੈਥ ਹੋਇਆ ਸਿਮੈਟ੍ਰੀਕਾ ਇਹ ਸਿਨੇ ਵਾਲੇ ਦੀ ਦਾਰੇ ਪ੍ਰੈਚੀਡੈਂਸਾ ਨਹੀਂ ਸੈਂਸੀ ਉਨੀਚੀ ਅਲਤਰੇ ਨਾਤੀ। ਠੀਕ ਹੈ ਜੀ, ਦੋ ਪੁਲ ਸਿਨੇ ਵਾਲੇ ਆ ਸੀ ਪੋਟਰੋ ਵਾਲੇ ਸਿਨੇ ਵਾਲੇ ਵੀ। ਇਹਨੂੰ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇਕਰ ਇਹ ਪੈਨਲੋ ਤੁਹਾਨੂੰ ਤੁਹਾਡੇ ਵਾਲੇ ਪਾਸੇ ਦਿਖਦੀ ਹੈ ਨਾ, ਇਹ ਵਾਲੀ ਪੈਨਲੋ ਤੁਹਾਨੂੰ ਦੂਸਰੇ ਵਾਲੇ ਪਾਸੇ ਦਿਖੇਗੀ, ਮਤਲਬ ਜਿਹੜੀ ਤੁਹਾਡੇ ਸਾਹਮਣੇ ਜਿਹੜੀ ਗੱਡੀ ਆਉਂਦੀ ਉਹਨੂੰ ਇਹ ਪੈਨਲੋ ਸ਼ੋ ਹੋਏਗੀ। ਓਕੇ, ਇਹ ਪੈਨਲੋ ਦਾ ਵੀ ਸੇਮ ਮਤਲਬ ਵੀ ਤੁਹਾਨੂੰ ਰੁਕਣਾ ਪੈਣਾ, ਤੁਹਾਨੂੰ ਪਹਿਲ ਦੇਣੀ ਪੈਣੀ ਇਹਨੂੰ ਕਾਲੇ ਰੰਗ ਵਾਲੇ ਨੂੰ, ਤੇ ਇੱਧਰ ਤੁਹਾਡੇ ਕੋਲ ਪਹਿਲ ਉਹਨੂੰ ਪਹਿਲ ਦੇਣੀ ਪੈਣੀ ਲਾਲ ਵਾਲੇ ਨੂੰ, ਮਤਲਬ ਲਾਲ ਵਾਲੇ ਨੂੰ ਹਮੇਸ਼ਾ ਪਹਿਲ ਦੇਣੀ ਪੈਣੀ। ਠੀਕ ਹੈ ਜੀ, ਕਹਿੰਦਾ ਜੀ ਏ ਤੋਂ ਬਾਅਦ ਬੀ ਮਿਲ ਸਕਦੀ, ਹਾਂਜੀ ਮਿਲ ਸਕਦੀ। ਫਿਰ ਵੱਧਦੇ ਹਾਂ ਅੱਗੇ। ਸੋ ਆਪਣਾ 100 ਵੱਜਣ ਲੱਗਾ ਅੱਜ। ਸਿਨੇ ਵਾਲੇ ਦੀ ਸਟ੍ਰੈਥ ਹੋਇਆ ਅਸੀਂ ਮੈਤ੍ਰਿਕਾ ਅਸੀਂ ਇਸ ਤਰ੍ਹਾਂ, ਹੁਣ ਵੇਖੋ ਜੀ ਸੱਜੇ ਪਾਸੇ ਛੋਟਾ ਆਉਣ ਡਿਆ। ਠੀਕ ਹੈ ਜੀ, ਹੁਣ ਇਹਦੇ 'ਚ ਦੇਖਦੇ ਪਿਓ ਖੱਬੇ ਪਾਸੇ ਤੰਗੀ ਹੋਣ ਦੀ ਰੋਡ ਦੀ, ਬਾਕੀ ਰੋਡ ਸਿੱਧਾ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਠੀਕ ਹੈ ਜੀ, ਵੱਧਿਆ ਪਹਿਲੇ ਕੁਸ਼ਚਨ ਨਾਲ। ਇਲਸੇ ਨੇ ਵਾਲੇ ਦਾ ਫਿਗੂਰ ਆ ਤੋਂ ਪਹਿਲਾਂ ਨੂੰ ਚਾਹੁੰਦੇ ਸਟ੍ਰੀਮ ਜਿਵੇਂ ਤੋਂ ਗੱਲ ਕਰੇ ਜਾਤਾ, ਵੀ ਕਹਿੰਦਾ ਬਈ ਰੋਡ ਤੰਗ ਹੋਣ ਡਿਆ। ਠੀਕ ਹੈ, ਇੱਥੇ ਤੰਗ ਹੋਣ ਡਿਆ ਰੋਡ, ਵੱਡ ਚੌੜਾ ਸੀ ਇੱਥੇ ਚੌੜਾ ਸੀ ਅੱਗੇ ਜਾ ਕੇ ਛੋਟਾ ਹੋ ਗਿਆ। ਠੀਕ ਹੈ, ਵੇਰੋ ਇਲਸੇ ਨੇ ਵਾਲੇ ਦਾ ਫਿਗੂਰ ਆ ਤੋਂ ਪਹਿਲਾਂ ਨੂੰ ਸਟ੍ਰੈਕ ਤੋਇਆ ਸੁੱਲਾ ਤੋਂ ਸਿਨਿਸਟਰੋ ਗੱਲ ਕਰੇ ਜਾਤਾ, ਕਹਿੰਦਾ ਜੀ ਖੱਬੇ ਪਾਸੇ ਇੱਕ ਸਟ੍ਰੈਕ ਤੋਇਆ ਆ, ਇੱਕ ਤੰਗੀ ਜਿਹੜੀ ਖੱਬੇ ਪਾਸੇ ਆ। ਠੀਕ ਹੈ ਜੀ, ਠੀਕ ਹੈ, ਸਟ੍ਰੈਕ ਤੋਇਆ ਤੰਗੀ ਸੁੱਲਾ ਤੋਂ ਸਿਨਿਸਟਰਾ ਵੀ ਖੱਬੇ ਪਾਸੇ। ਠੀਕ ਹੈ, ਲਾਤੋ ਪਾਸੇ ਸਾਈਡ। ਠੀਕ ਹੈ ਜੀ, ਇਲਸੇ ਨੇ ਵਾਲੇ ਦਾ ਫਿਗੂਰ ਆ ਤੋਂ ਪਹਿਲਾਂ ਨੂੰ ਚਾਹੁੰਦੇ ਸਟ੍ਰੀਮ ਜਿਵੇਂ ਤੋਂ ਪੈਰੀਕੋਲੋਜ਼ੋ ਸੁੱਲਾ ਸਿਨਿਸਟਰਾ ਗੱਲ ਕਰੇ ਜਾਤਾ, ਕਹਿੰਦਾ ਜੀ ਇੱਕ ਪੈਰੀਕੋਲੋਜ਼ੋ, ਕਹਿੰਦਾ ਜੀ ਖਤਰਨਾਕ ਤੰਗੀ ਆਂਡੀ ਖੱਬੇ ਪਾਸੇ ਕਰੇ ਜਾਤੇ ਦੇ। ਠੀਕ ਹੈ ਜੀ, ਫਿਰ ਇਲਸੇ ਨੇ ਵਾਲੇ ਦਾ ਫਿਗੂਰ ਆ ਤੋਂ ਪਹਿਲਾਂ ਨੂੰ ਚਾਹੁੰਦਾ ਸਟ੍ਰੈਕ ਤੋਇਆ ਕੋਨ ਪ੍ਰੋਬਾਬਿਲੇ ਡਿਫਿਕਲਟਾ ਇਨਕਰੋਚੋ ਕੋਨ ਵੀਕੁਲੀ ਪ੍ਰੋਵੇਨੀਅੰਟ ਦੇ ਸੈਂਸ ਆਫ ਪੋਸਟੋ। ਸੇਮ ਹੋਈ ਹੈ ਜੀ ਪਿਛਲੇ ਪੇਜਾਂ ਵਾਲਾ, ਇੱਕ ਰੋਡ ਦੀ ਤੰਗੀ ਹੈ ਜਿਹੜੀ ਆ ਸਕਦੀ, ਜਿਹੜੀ ਡਿਫਿਕਲਟ ਦੇ ਸਕਦੀ ਤੁਹਾਨੂੰ ਕ੍ਰੋਸਿੰਗ ਤੇ ਗੱਡੀਆਂ ਦੀ ਜਿਹੜੀ ਸਾਹਮਣੇ ਜੋ ਆਉਂਦੀਆਂ ਨੇ। ਵੱਧਦੇ ਹਾਂ ਜੀ ਅੱਗੇ, ਇਲਸੇ ਨੇ ਵਾਲੇ ਦਾ ਫਿਗੂਰ ਆ ਤੋਂ ਇੰਪੋਨੇ ਦੀ ਮੁਦਰਾ ਰੇ ਦਾ ਵਿਲੋਚਿਤਾ ਇਹ ਸੇ ਕੋਰੇ ਅਰੇਸਤਾਰ ਸੀ, ਕਹਿੰਦਾ ਜੀ ਇੰਪੋਨੇ ਹੁਕਮ ਦਿੰਦਾ ਪਿਆ ਸਪੀਡ ਨੂੰ ਸੈੱਟ ਕਰਨ ਦੀ, ਸੇ ਕੋਰੇ ਅਰੇਸਤਾਰ ਸੀ ਮਤਲਬ ਜੇ ਲੋੜ ਪਵੇ ਤਾਂ ਰੁਕਣਾ ਵੀ ਪੈਣਾ। ਠੀਕ ਹੈ ਜੀ, ਫਿਰ ਇਲਸੇ ਵਾਲੇ ਦਾ ਫਿਗੂਰ ਆ ਤੋਂ ਆਇਆ ਹੁਣ ਵਾਲੇ ਦੀ ਪੇਰੀ ਕੋਲੋਂ ਵੀ ਖਤਰੇ ਦਾ ਸਾਈਨ ਹੈ, ਹਾਂਜੀ ਖਤਰੇ ਦਾ ਸਾਈਨ। ਫਿਰ ਇਲਸੇ ਵਾਲੇ ਦਾ ਫਿਗੂਰ ਆ ਤੋਂ ਸੇ ਕੋਂਦੋ ਜਾਲੋ ਹੈ ਪੋਸਟੋ ਇਨ ਪ੍ਰੈਜੈਂਸਾ ਦੀ ਉਨ ਕੰਤੀਅਰ ਇਸਤਰਾਦਾਲੇ ਕਿਰੇ ਦੂ ਚਲਾ ਲਰ ਗਿਆ ਸਦਲ ਕਰੇ ਜਾਤਾ। ਸੇਮ ਹੋਈ ਜੀ ਵੀ ਅੱਗੇ ਕੰਮ ਚੱਲਦਾ ਪਿਆ ਇਸ ਕਰਕੇ ਜਿਹੜੀ ਜਿਹੜੀ ਸੜਕ ਦੀ ਚੌੜਾਈ ਉਹ ਘੱਟ ਹੋ ਗਈ ਹੈ, ਪਿਛਲੇ ਪੇਜ 'ਚ ਆਪਾਂ ਕੀਤਾ ਹੁਣੇ। ਇਲਸੇ ਵਾਲੇ ਦਾ ਫਿਗੂਰ ਆ ਤੋਂ ਉਨਸੇ ਵਾਲੇ ਦੀ ਪ੍ਰਿਸਕ੍ਰਿਪਸ਼ਨ ਹੈ ਵੀ ਇਹ ਪ੍ਰਿਸਕ੍ਰਿਪਸ਼ਨ ਦਾ ਸਾਈਨ ਇੰਨਾ ਹੀ ਹੈ ਪੈਰੀਕੋਲੋ ਦਾ ਸਾਈਨ ਹੈ। ਇਲਸੇ ਵਾਲੇ ਦਾ ਫਿਗੂਰ ਆ ਤੋਂ ਪ੍ਰਣੁੰਚਾ ਉਹਨਾਂ ਕੌਨਫਲੂਐਂਸਾ ਦੱਸਦੇ ਨੇ ਇਸ ਤਰ੍ਹਾਂ, ਕੌਨਫਲੂਐਂਸ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਮੇਲ ਹੋਣਾ, ਕਿਸੇ ਦੋ ਚੀਜ਼ਾਂ ਦਾ ਮੇਲ ਹੋਣਾ। ਇੱਥੇ ਰੋਡ ਦੀ ਗੱਲ ਕੀਤੀ ਗਈ, ਠੀਕ ਹੈ ਜੀ, ਮਤਲਬ ਕਿ ਸੜਕ ਦਾ ਮੇਲ ਹੋਣ ਡਿਆ। ਠੀਕ ਹੈ ਜੀ, ਖੱਬੇ ਤੋਂ ਸੜਕ ਦਾ ਮੇਲ ਹੋਣ ਡਿਆ ਮਤਲਬ ਕਿ ਇਹਦਾ ਕਹਿਣ ਦਾ ਮਤਲਬ ਵੀ ਜੇ ਖੱਬੇ ਤੋਂ ਸੜਕ ਇੱਕ ਅੰਦਰ ਆ ਰਹੀ ਹੈ। ਠੀਕ ਹੈ ਜੀ, ਨਹੀਂ ਜੀ ਐਸਾ ਕੁਛ ਨਹੀਂ ਹੈਗਾ, ਇਸ ਕਰਕੇ ਫਾਲਸ ਹੋਇਆ। ਇਲਸੇ ਨੇ ਵਾਲੇ ਦਾ ਫਿਗੂਰ ਆ ਤੋਂ ਪ੍ਰਣੁੰਚਾ ਹੁਣ ਅਸਤਰਾ ਦਾ ਘੋਣ ਹੋਣਾ ਸੇਰੀਏ ਦੀ ਕੂਰਵੇ, ਕਹਿੰਦਾ ਜੇ ਲੜੀ ਵਾਰ ਮੋੜ ਆਉਣੇ ਨੇ ਇੱਥੇ, ਫਾਲਸੋ ਮੋੜ ਦੀ ਕੋਈ ਗੱਲ ਨਹੀਂ ਹੈਗੀ ਇੱਥੇ। ਇਲਸੇਨੀ ਵਾਲੇ ਦਾ ਫਿਗੂਰ ਆ ਤੋਂ ਪ੍ਰਣੁੰਚਾ ਹੁਣ ਕਵਾਲਕਾ ਵੀ ਆ, ਕਵਾਲਕਾ ਵੀ ਆ ਪੁੱਲ ਹੁੰਦਾ ਜੀ, ਕਹਿੰਦਾ ਜੇ ਪੁੱਲ ਨੂੰ ਕਿਹਾ ਗਿਆ ਇੱਥੇ ਪਰ ਪੁੱਲ ਨਹੀਂ ਹੈਗਾ ਆਪਾਂ ਨੂੰ ਪਤਾ ਹੀ ਹੈ, ਇਸ ਕਰਕੇ ਫਾਲਸੋ। ਇਲਸੇਨੀ ਵਾਲੇ ਪ੍ਰਣੁੰਚਾ ਹੁਣ ਸੁੱਤ ਪਸਾ ਜੋ ਪੇਦੋਂ ਨਾਲੇ, ਕਹਿੰਦਾ ਜੀ ਥੱਲੋਂ ਨਿਕਲਣ ਵਾਲਾ ਰਾਹ ਹੈ ਪੈਦਲ ਵਾਲਿਆਂ ਬਦਲੇ, ਨਹੀਂ ਜੀ ਇਹ ਵੀ ਨਹੀਂ ਹੈਗਾ। ਇਲਸੇਨੀ ਵਾਲੇ ਦਾ ਫਿਗੂਰ ਆ ਤੋਂ ਪ੍ਰਣੁੰਚਾ ਉਹਨਾਂ ਦੇ ਸਟ੍ਰੀਮ ਜਿਵੇਂ ਤੋਂ ਸੁੱਲਾ ਦਾ ਇਸ ਤਰ੍ਹਾਂ ਦਿਲਾ ਕਰੇ ਜਾਤਾ, ਹੁਣ ਇਹ ਗੱਲ ਧਿਆਨ ਰੱਖਿਓ ਜੀ ਇਸ ਤਰ੍ਹਾਂ ਨਹੀਂ ਹੈਗਾ ਸਿਨਿਸਤਰਾ ਆ, ਧਿਆਨ ਨਾਲ ਦੇਖਿਓ ਇਹ ਦਸਤਰਾ ਤੋਂ ਵੀ ਹੋ ਸਕਦਾ ਉਹ ਅੱਗੇ ਜਾ ਕੇ ਆਏਗਾ ਪਰ ਇਹਦੇ 'ਚ ਇਹ ਸਿਨਿਸਤਰਾ ਇਕੱਲਾ। ਠੀਕ ਹੈ ਜੀ, ਧਿਆਨ ਰੱਖਣਾ ਇਸ ਗੱਲ ਦਾ। ਇਲਸੇਨੇ ਵਾਲੇ ਰਫਿਗੂਰਾ ਤੋਂ ਪ੍ਰਣੁੰਚਾ ਲਾ ਪ੍ਰੈਜੈਂਸਾ ਦਿਉਨ ਕੁਰਦੋਲੋ ਆਲਤੋ ਪਰਸੇ ਪਰਾਰੇ ਲੈ ਕੁਰਸੀ ਹੈ, ਕੁਰਦੋਲੋ ਆਪਾਂ ਇੱਕ ਤਰ੍ਹਾਂ ਦੀਵਾਰ ਕਹਿ ਸਕਦੇ ਹਾਂ। ਠੀਕ ਹੈ ਜੀ, ਆਲਤੋ ਉੱਚੀ
ਕਹਿੰਦਾ ਜੇ ਕੁਚੀ ਦੀਵਾਰ ਹੈ ਫਿਰ ਸੇ ਪਰ ਅਗਲੇ ਕੁਰਸੀ ਹੈ ਵੀ ਕੁਰਸੀਆਂ ਨੂੰ ਅਲੱਗ ਕਰਨ ਵਾਲੇ ਇੱਕ ਦੀਵਾਰ ਬਣਾਈ ਗਈ ਹੈ ਉੱਚੀ ਨਹੀਂ ਜੀ ਇਹ ਵੀ ਨਹੀਂ ਹੈਗਾ ਫਾਲਸੋ ਇਲ ਸੇਨੀਅਰ ਹੈ ਦਾ ਫਿਗੂਰਾ ਤੋਂ ਪਹਿਲਾਂ ਚਾਉਂ ਤਰਤ ਦੀ ਸਟਰਾਦਾ ਜ਼ਰੂਚੋ ਲੈ ਵਾਲੇ ਜ਼ਰੂਚੋ ਲੈ ਵਾਲੇ ਆਪਾਂ ਪਹਿਲਾਂ ਵੀ ਪੜ੍ਹਿਆ ਜੀ ਤਿਲਕਣ ਕਹਿੰਦਾ ਜੇ ਇੱਕ ਸੜਕ ਜਿੱਥੇ ਤਿਲਕਣ ਹੈ ਐਸਾ ਵੀ ਨਹੀਂ ਹੈਗਾ ਫਾਲਸੋ ਆਪਣੀ ਜੀ 100 ਹੋ ਗਈ ਸੈਂਚਰੀ ਵੱਜ ਗਈ ਅੱਜ ਵੱਧਦੇ ਅੱਗੇ ਸੇਨੀਅਰ ਦਾ ਸਟ੍ਰਿਕ ਹੋਇਆ ਅਸੀਂ ਮੈਤ੍ਰਿਕਾ ਆਦ ਇਸ ਤਰ੍ਹਾਂ ਹੁਣ ਸੱਜੇ ਪਾਸਿਓਂ ਆ ਗਿਆ ਜੀ ਵੇਖੋ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਇਲ ਸੇਨੀਅਰ ਵਾਲੇ ਦਾ ਫਿਗੂਰਾ ਤੋਂ ਪਹਿਲਾਂ ਉੱਚਾ ਹੋਣਾ ਸਤ੍ਰਿਕ ਹੋਇਆ ਸੁਲਦਾ ਇਸ ਤਰ੍ਹਾਂ ਦਾ ਕਰੇ ਜਾਦਾ ਕਹਿੰਦਾ ਜੀ ਸੱਜੇ ਪਾਸਿਓਂ ਤੰਗੀ ਹੋਣੀ ਰੋਡ ਦੀ ਹਾਂਜੀ ਸੱਜੇ ਪਾਸੇ ਨਹੀਂ ਹੋਣੀ ਇਲ ਸੇਨੀਅਰ ਵਾਲੇ ਦਾ ਫਿਗੂਰਾ ਤੋਂ ਪਹਿਲਾਂ ਉੱਚਾ ਹੋਣਾ ਸਤ੍ਰਿਕ ਹੋਇਆ ਕਬਜ਼ਾ ਦਾ ਦਾਉ ਉਸ ਤੱਕ ਲੋ ਫਿਸੋ ਸੁਲਾ ਤੋਂ ਦੈਸਤਰੋ ਉਸ ਤੱਕ ਲੋ ਰੁਕਾਵਟ ਸਤ੍ਰਿਕ ਹੋਇਆ ਤੰਗੀ ਕਬਜ਼ਾ ਦਾ ਕਾਰਨ ਫਿਸੋ ਫਿਕਸ ਸੁੱਲਾ ਤੋਂ ਦੈਸਤਰੋ ਕਹਿੰਦਾ ਜੇ ਇੱਕ ਫਿਕਸ ਰੁਕਾਵਟ ਹੈ ਜਿਹੜਾ ਤੰਗੀ ਦਾ ਕਾਰਨ ਬਣਿਆ ਸੱਜੇ ਪਾਸੇ ਦਾ ਠੀਕ ਹੈ ਜੀ ਵੀ ਸੱਜੇ ਪਾਸੇ ਤੰਗੀ ਆਉਣ ਦੀ ਕਿਉਂਕਿ ਉੱਥੇ ਕੁਛ ਹੈਗਾ ਰੁਕਾਵਟ ਹੈ ਜਿਸ ਕਰਕੇ ਤੰਗੀ ਹੋਣ ਦੀ ਵੇਰੋ ਇਲ ਸੀਨੀਅਰ ਦਾ ਫਿਗੂਰਾ ਤੋਂ ਪਹਿਲਾਂ ਚਾਹੁਣ ਰਿਸਤਰੀ ਜੀ ਮੇਨ ਤੋਂ ਪੈਰੀਕੋਲੋਜ਼ ਹੋ ਸੁੱਲਾ ਦੈਸਤਰਾ ਜਿਲਾ ਕਰੇ ਜਾਤਾ ਕਹਿੰਦਾ ਜੀ ਖਤਰਨਾਕ ਤੰਗੀ ਆਉਣ ਦੀ ਸੱਜੇ ਪਾਸੇ ਨੂੰ ਸੱਜੇ ਖੱਬੇ ਦਾ ਧਿਆਨ ਰੱਖਣਾ ਜੀ ਇਸ ਕਰਕੇ ਵੀ ਵੇਰੋ ਫਾਲਸੋ ਹੋ ਸਕਦਾ ਅੱਗੇ ਇਲ ਸੀਨੀਅਰ ਦਾ ਫਿਗੂਰਾ ਤੋਂ ਪਹਿਲਾਂ ਚਾਹੁਣ ਰਿਸਤਰੀ ਜੀ ਮੇਨ ਤੋਂ ਗੱਲ ਕਰੇ ਜਾਤਾ ਕਾਉਜ਼ਾ ਤਦਾ ਮੁਰੇਤੀ ਉਹ ਆਲਤਰੋ ਸਟਾਕੋਲੋ ਸੁੱਲਾ ਤੋਂ ਦੈਸਤਰੋ ਮੁਰੇਤੀ ਹੁੰਦਾ ਜੀ ਕੰਧ ਉਹ ਆਲਤਰੋ ਉਸਤਾਕੋਲੋ ਜਾਂ ਹੋਰ ਫਿਰ ਰੁਕਾ ਜਾਂ ਹੋਰ ਰੁਕਾਵਟ ਉਹ ਹੀ ਕਹਿੰਦਾ ਪਿਆ ਜੀ ਵੀ ਤੰਗੀ ਹੋਈ ਹੈ ਕਰੇ ਜਾਤਾ ਦੀ ਕਿਉਂਕਿ ਕੋਈ ਕੰਧ ਹੈ ਉੱਥੇ ਜਾਂ ਕੋਈ ਹੋਰ ਰੁਕਾਵਟ ਹੈ ਸੱਜੇ ਪਾਸੇ ਠੀਕ ਹੈ ਜੀ ਵੇਰੋ ਇਲ ਸੇਨੀਅਰ ਦਾ ਫਿਗੂਰਾ ਤੋਂ ਪੋ ਤਰੋਵਾਰ ਸੀ ਆਂਕੇ ਸੁਲਸਤਰਾ ਦਾ ਅਦੋਪਿਓ ਸੈਂਸੀ ਚੁਕਲਾਸੀਓ ਨੇ ਕਹਿੰਦਾ ਦੋ ਸਾਈਡ ਦੀ ਆਵਾਜਾਈ ਦੇ ਰੋਡ 'ਤੇ ਵੀ ਇਹ ਮਿਲ ਸਕਦੀ ਹੈ ਹਾਂਜੀ ਜੀ ਵੀਰੋ ਇਲ ਸੇਨੀਅਰ ਦਾ ਫਿਗੂਰਾ ਤੋਂ ਸੇ ਆ ਫੋਂਦੋ ਜਾਲੋ ਇਹ ਪੋਸਟ ਇਨ ਪ੍ਰੈਜੈਂਸਾ ਦੀ ਹੁਣ ਕੰਤੀਏਰੇ ਕਿ ਰਿਦੂਚੇ ਲਾਰਗੈਟਸਾ ਪਹਿਲਾਂ ਕਰੇ ਜਾਤਾ ਉਹੀ ਜੀ ਸੇਮ ਵੀ ਕੰਮ ਚੱਲਦਾ ਪਿਆ ਜਿਸ ਕਰਕੇ ਤੰਗੀ ਆਈ ਹੈ ਰੋਡ ਵਿੱਚ ਇਲ ਸੇਨੀਅਰ ਦਾ ਫਿਗੂਰਾ ਤੋਂ ਇੰਦਿਕਾ ਲਾਫੀਨੇ ਦਲ ਦੋਪਿਓ ਸੈਂਸੋ ਚਿਰਕੁਲਾਸੀਓ ਨੇ ਕਹਿੰਦਾ ਜੀ ਜਿਹੜਾ ਸਾਈਨ ਹੈ ਤੁਹਾਨੂੰ ਦੱਸਦਾ ਵੀ ਦੋਪਿਓ ਸੈਂਸੋ ਚਿਰਕੁਲਾਸੀਓ ਨੇ ਖਤਮ ਹੋ ਗਈ ਫੀ ਨੇ ਖਤਮ ਹੋਣਾ ਠੀਕ ਹੈ ਪਰ ਫਾਲਸੋ ਆ ਕਿਉਂਕਿ ਐਸਾ ਕੁਛ ਨਹੀਂ ਦੱਸਦਾ ਇੱਕ ਪੈਨਲ ਇਲ ਸੇਨੀਅਰ ਦਾ ਫਿਗੂਰਾ ਤੋਂ ਓਬਲੀਗਾ ਦਾ ਦਾਰੇ ਪ੍ਰੈਸੀਡੈਂਸਾ ਆਈ ਵੀ ਕੋਲੀ ਪ੍ਰੋਵੀਨੀਐਂਟੀ ਦਲ ਸੈਂਸੋ ਪੋਸਟੋ ਹੁਣ ਇੱਥੇ ਐਸੀ ਕੋਈ ਪੈਨੈਲੋ ਲੱਗੀ ਕੋਈ ਨਹੀਂ ਥੱਲੇ ਠੀਕ ਹੈ ਜੀ ਜਿਹੜੀ ਆਪਾਂ ਨੂੰ ਕਵੇ ਇੰਡੀਕੇਟ ਕਰੇ ਵੀ ਤੁਸੀਂ ਪਹਿਲ ਦੇਣੀ ਜਾਂ ਨਹੀਂ ਦੇਣੀ ਠੀਕ ਹੈ ਇਸ ਕਰਕੇ ਫਾਲਸੋ ਇਲ ਸੀਨੀਅਰ ਦਾ ਫਿਗੂਰਾ ਤੋਂ ਉਹ ਤਰੀਜ਼ਾ ਲਾ ਮਾਰਚਾ ਫਿਰ ਫੀਲੇ ਪਰਾ ਲੈ ਲੇ ਉਹ ਤੋਰੀਜ਼ਾ ਇਜਾਜ਼ਤ ਦਿੰਦਾ ਮਾਰਚਾ ਡਰਾਈਵ ਕਰਨਾ ਫਿਰ ਫੀਲੇ ਪਰਾ ਲੈ ਲੇ ਵੀ ਇੱਕ ਦੂਜੇ ਦੇ ਨਾਲ ਵਾਲੀ ਲਾਈਨਾਂ ਵਿੱਚ ਚੱਲਣ ਦੀ ਇਜਾਜ਼ਤ ਦਿੰਦਾ ਪਰ ਨਹੀਂ ਜੀ ਐਸਾ ਕੁਛ ਨਹੀਂ ਕਰਦਾ ਹੈਗਾ ਠੀਕ ਹੈ ਇਲ ਸੀਨੀਅਰ ਦਾ ਫਿਗੂਰਾ ਤੋਂ ਇੰਦਿਕਾ ਦੀ ਦਿਸਪੋਰਸੀ ਸੁਦੂਏ ਫੀਲੇ ਦਿਸਪੋਰਸੀ ਮਤਲਬ ਜੀ ਪ੍ਰਬੰਧ ਕਰੋ ਠੀਕ ਹੈ ਕਹਿੰਦਾ ਜੀ ਆਪਣੇ ਲੋ ਤੁਹਾਨੂੰ ਕਹਿਣ ਵੀ ਦੋ ਲਾਈਨਾਂ ਦਾ ਪ੍ਰਬੰਧ ਕਰੋ ਦੋ ਲਾਈਨਾਂ ਬਣਾ ਕੇ ਤੁਰੋ ਠੀਕ ਹੈ ਜੀ ਐਸਾ ਕੁਛ ਨਹੀਂ ਹੈਗਾ ਇਲ ਸੇਨੀਅਰ ਦਾ ਫਿਗੂਰਾ ਤੋਂ ਪ੍ਰਣੁੰਚਾਉਂ ਉਹਨਾਂ ਕੋਲ ਇਨਫਲੂਐਂਸਾ ਦਾ ਇਸ ਤਰ੍ਹਾਂ ਕਹਿੰਦਾ ਜੀ ਇੱਕ ਸੰਗਮ ਹੋਣ ਡਿਆ ਸੱਜੇ ਪਾਸਿਓਂ ਸੜਕਾਂ ਦਾ ਮਤਲਬ ਦੋ ਸੜਕਾਂ ਆਪਸ 'ਚ ਮਿਲਦੀਆਂ ਪਈਆਂ ਨੇ ਸੱਜੇ ਪਾਸਿਓਂ ਦੀ ਐਸਾ ਵੀ ਨਹੀਂ ਹੈਗਾ ਜੀ ਤੁਹਾਨੂੰ ਪਤਾ ਹੀ ਹੈ ਇਲ ਸੇਨੀਅਰ ਦਾ ਫਿਗੂਰਾ ਤੋਂ ਪ੍ਰਣੁੰਚਾਉਂ ਲਿਨੀਸੀਓ ਲਿਨੀਸੀਓ ਦਿਨ ਸੈਂਸੋਨਿਕੋ ਕਹਿੰਦਾ ਵੀ ਇੱਥੋਂ ਦੀ ਸੈਂਸੋਨਿਕੋ ਸ਼ੁਰੂ ਹੋ ਗਿਆ ਇਹ ਆਪਣੇ ਲੋਕਾਂ ਨੂੰ ਐਂ ਦੱਸਦੀ ਨਹੀਂ ਜੀ ਐਸਾ ਵੀ ਕੁਛ ਨਹੀਂ ਹੈਗਾ 101 ਪੂਰਾ ਵੱਧਦੇ ਅੱਗੇ 102 'ਤੇ ਸੇਨੀਅਰ ਦੀ ਪੋਂਤੇ ਮੋਬਿਲੀ ਪੋਂਤੇ ਮੋਬਿਲੀ ਪੋਂਤੇ ਪੁੱਲ ਜਿਵੇਂ ਆਪ ਵੇਖਦੇ ਪਏ ਤੁਸੀਂ ਮੋਬਿਲੇ ਹਿਲਣਾ ਡੁੱਲਣਾ ਕਹਿੰਦਾ ਜੇ ਇੱਕ ਪੁੱਲ ਹੈ ਜਿਹੜਾ ਹਿੱਲ ਸਕਦਾ ਮਤਲਬ ਕਿ ਉੱਤੇ ਨੀਚੇ ਹੋ ਸਕਦਾ ਖੁੱਲ੍ਹ ਵੀ ਸਕਦਾ ਬੰਦ ਵੀ ਹੋ ਸਕਦਾ ਠੀਕ ਹੈ ਜੀ ਟਾਈਮ ਟਾਈਮ 'ਤੇ 102 ਨੰਬਰ ਪੇਜ ਆ ਜੀ ਸ਼ੁਰੂ ਕਰਦੇ ਹਾਂ ਇਲ ਸੇਨੀਅਰ ਦਾ ਫਿਗੂਰਾ ਤੋਂ ਪ੍ਰਣੁੰਚਾ ਹੁਣ ਪੋਂਤੇ ਮੋਬਿਲੇ ਕਹਿੰਦਾ ਜੀ ਜਿਹੜਾ ਨਿਸ਼ਾਨ ਹੈ ਆਪਾਂ ਦੱਸਦਾ ਵੀ ਇੱਕ ਪੋਂਤੇ ਮੋਬਿਲੇ ਆ ਹਾਂਜੀ ਵੇਰੋ ਇਲ ਸੇਨੀਅਰ ਦਾ ਫਿਗੂਰਾ ਤੋਂ ਐਮ ਸੇਨੀਅਰ ਦੀ ਪੇਰੀ ਕਰੋ ਵੀ ਕਹਿੰਦਾ ਖਤਰੇ ਦਾ ਨਿਸ਼ਾਨ ਹੈ ਹਾਂਜੀ ਖਤਰੇ ਦਾ ਨਿਸ਼ਾਨ ਹੈ ਇਲ ਸੇਨੀਅਰ ਦਾ ਫਿਗੂਰਾ ਤੋਂ ਪੋ ਐਸ ਇੰਟੇਗਰਾਤੋ ਕੋਨ ਪਨੈਲੋ ਇੰਡੀਕਾਂਤੇ ਲਿਓਰਾਰੀ ਦੀ ਮਾਨੋਵਰਾ ਫੁਨਸੀਓਨਾਮੈਂਤੇ ਜੁਨ ਪੋਂਤੇ ਮੋਬਿਲੇ ਕਹਿੰਦਾ ਜੀ ਹੋ ਸਕਦੀ ਹੈ ਇੱਕ ਪਨੈਲੋ ਪਨੈਲੋ ਇੰਟੇਗਰਾਤੋ ਵੀ ਨਾਲ ਲੱਗੀ ਇੱਕ ਪਨੈਲੋ ਲੱਗੀ ਹੋਏਗੀ ਇੰਡੀਕਾਂਤੇ ਇੰਡੀਕੇਟ ਕਰ ਦੇਗੀ ਦੱਸਦੀ ਹੋਏਗੀ ਓਰਾਰੀ ਟਾਈਮ ਮਨੋਵਰਾ ਮਤਲਬ ਇਹਦਾ ਕੰਮ ਖੁੱਲ੍ਹਣ ਬੰਦ ਹੋਣ ਵਾਲਾ ਜਿਹੜਾ ਕੰਮ ਹੈ ਉਹਦਾ ਟਾਈਮ ਲਿਖਿਆ ਹੋਇਆ ਇੱਥੇ ਉਹਦੀ ਫੁਨਸੀਓਨਾਮੈਂਤੇ ਵੀ ਹੁਣ ਪੋਂਤੇ ਮੋਬਿਲੀ ਵੀ ਆ ਗਿਆ ਕਿੱਦਾਂ ਕੰਮ ਕਰਦਾ ਇਹਦੇ ਬਾਰੇ ਸਾਰੀ ਡਿਟੇਲ ਤੁਹਾਨੂੰ ਇੱਕ ਪਨੈਲੋ 'ਤੇ ਲਾ ਕੇ ਦਿੱਤੀ ਹੋਏਗੀ ਠੀਕ ਹੈ ਜੀ ਵੈਰੋ ਦੋ ਪੋਲ ਸੇਨੇ ਦਾ ਫਿਗੂਰਾ ਤੋਂ ਪੋਸਿਆ ਮੋਤਰੋ ਬਾਰੇ ਉਹਦੀ ਪੋਜ਼ਿਟਿਵ ਅਲੂ ਚੇਰੋਸੇ ਲੰਬੇ ਜਾਂਦੀ ਕਹਿੰਦਾ ਜੀ ਆਪਾਂ ਨੂੰ ਇੱਕ ਯੰਤਰ ਮਿਲ ਸਕਦਾ ਉਹਦੀ ਪੋਜ਼ਿਟਿਵ ਯੰਤਰ
ਕਿਸ ਤਰ੍ਹਾਂ ਦਾ ਕੋਈ ਡਿਵਾਈਸ, ਠੀਕ ਹੈ ਜੀ, ਕਹਿੰਦਾ ਮਿਲ ਸਕਦਾ ਹੈ ਆਲੂ ਚੀਰ ਉਸੇ, ਉਹਦੇ ਲਾਲ ਲਾਈਟਾਂ ਲੱਗੀਆਂ ਹੋਈਆਂ ਜਗਦੀਆਂ ਬੁਝਦੀਆਂ ਹੋਣਗੀਆਂ। ਵੇਰੋ ਇਲ ਸੇਨੇਆਲੇ ਜਿਹੜਾ ਫਿਗੂਰਾਤੋ ਕੰਪੋਰਤਾ ਦੀ ਅਰਿਸਤਾਸੀ ਸੇ ਸੋਨੋ ਇਨ ਫੁਨਸੀਓਨੇ ਦੇ ਲੂਚੀ ਰੋਸੇ ਲੰਪੇ ਜਾਣਤੀ, ਕਹਿੰਦਾ ਜਦੋਂ ਤੁਹਾਨੂੰ ਆਪਣੇ ਲੋ ਦਿਖੇ ਤੁਸੀਂ ਰੁਕ ਜਾਣਾ, ਅਰਿਸਤਾਸੀ ਰੁਕ ਜਾਣਾ, ਸੇ ਸੋਨੋ ਜੇਕਰ ਉੱਥੇ ਇਨ ਫੁਨਸੀਓਨੇ ਦੇ ਲੂਚੀ ਰੋਸੇ ਲੰਪੇ ਜਾਣਤੀ, ਜੇਕਰ ਉੱਥੇ ਲਾਈਟਾਂ ਜਗਦੀਆਂ ਬੁਝਦੀਆਂ ਜਾਂਦੀਆਂ ਤੁਹਾਨੂੰ ਉੱਥੇ ਰੁਕਣਾ ਪੈਣਾ, ਠੀਕ ਹੈ ਜੀ। ਅੱਗੇ ਇਲ ਸੇਨੇਆਲੇ ਦਾ ਫਿਗੂਰਾਤੋ ਪੋ ਐਸਰੇ ਇੰਟੇਗਰਾਤੋ ਦੈਲ ਪਨੈਲੋ ਡਿਸਟਾਂਸੀਆ ਮੈਟ੍ਰਿਕੋ ਅਤਰੇ ਬਾਰੇ ਰੋਸੇ, ਕਿਉਂ ਹੀ ਹੋ ਜੀ ਡਿਸਟਾਂਸੀਆ ਮੈਟ੍ਰਿਕੋ ਜਿਹੜੇ ਹੁੰਦੇ ਨੇ ਕਹਿੰਦਾ ਪਨੈਲੋ ਇੱਥੇ ਲੱਗੇ ਹੋ ਸਕਦੇ, ਜਿਹੜੇ ਆਪਾਂ ਨੂੰ ਪਸਾਜੋ ਵਾਲੀ ਵੈਲੋ ਤੋਂ ਮਿਲਦੇ ਆ ਸੇਮ ਹੋਈ, ਉਹਨਾਂ ਦੀ ਗੱਲ ਕਰਨੇ ਪਏ ਉੱਥੇ, ਠੀਕ ਹੈ ਜੀ। ਵੇਰੋ ਇਲ ਸੇਨੇਆਲੇ ਦਾ ਫਿਗੂਰਾਤੋ ਪ੍ਰਨੂੰਚਾ ਉਨੇਰੀਆ ਪੋਰਤੁਆਲੇ, ਕਹਿੰਦਾ ਜੀ ਇਹ ਜਿਹੜਾ ਨਿਸ਼ਾਨ ਹੈ ਆਪਾਂ ਦੱਸਦਾ ਵੀ ਇੱਥੇ ਇੱਕ ਏਰੀਆ ਹੈ ਬੰਦਰਗਾਹ ਵਾਲਾ, ਪੋਰਤੁਆਲੇ ਬੰਦਰਗਾਹ। ਇਲ ਸੇਨੇਆਲੇ ਦਾ ਫਿਗੂਰਾਤੋ ਓਬਲੀਗਾ ਏ ਓਬਲੀਗਾ ਅਦ ਅਰੈਸਟਾਰ ਸੀ ਪ੍ਰੀਮਾ ਦੇ ਅਟਰਾਵਰਸਾਰੇ ਇਲ ਪੋਂਤੇ, ਕਹਿੰਦਾ ਜੀ ਇਹ ਸਾਈਨ ਤੁਹਾਨੂੰ ਕਹਿੰਦਾ ਵੈ ਵੀ ਮਜਬੂਰ ਕਰਦਾ ਹੈ, ਓਬਲੀਗਾ ਤੁਹਾਨੂੰ ਕਹਿੰਦਾ ਵੀ ਜ਼ਰੂਰੀ ਰੁਕਣਾ, ਠੀਕ ਹੈ, ਪਹਿਲਾਂ ਕਰੋਸਿੰਗ ਕਰਨ ਤੋਂ ਪੋਂਤੇ ਨੂੰ, ਕਹਿੰਦਾ ਜੀ ਪੁਲ ਨੂੰ ਕਰੋਸਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਰੁਕਣਾ ਪੈਣਾ, ਮਜਬੂਰ ਕਰਦਾ ਤੁਹਾਨੂੰ ਇੱਦਾਂ ਕਰਨ ਤੋਂ। ਪਰ ਨਹੀਂ ਜੀ ਉਹ ਇੱਥੇ ਕਹਿੰਦਾ ਵੀ ਜਦੋਂ ਲਾਲ ਲਾਈਟਾਂ ਜਗਦੀਆਂ ਬੁਝਦੀਆਂ ਹੋਣ ਸਿਰਫ ਉਦੋਂ ਹੀ ਆਪਾਂ ਇੱਥੇ ਰੁਕਣਾ। ਫਾਲਸੋ ਇਲ ਸੇਨੇਆਲੇ ਦਾ ਫਿਗੂਰਾਤੋ ਪ੍ਰਨੂੰਚਾ ਉਨ ਪੋਂਤੇ ਕੁਨ ਫੋਰਤੇ ਪੈਂਡੈਂਸਾ, ਕਹਿੰਦੇ ਜੇ ਇੱਕ ਪੁਲ ਹੈ ਜਿਹਦੀ ਬਹੁਤ ਜ਼ਿਆਦਾ ਤਾਕਤਵਰ ਢਲਾਣ ਹੈ, ਫੋਰਤੇ ਤਾਕਤਵਰ ਢਲਾਣ ਹੈ, ਬਹੁਤ ਜ਼ਿਆਦਾ ਮਤਲਬ ਕਿ ਜੀ ਬਹੁਤ ਜ਼ਿਆਦਾ ਤਗੜੀ ਇਹਦੀ ਢਲਾਣ ਹੈ, ਠੀਕ ਹੈ ਜੀ। ਫਾਲਸੋ ਇਲ ਸੇਨੇਆਲੇ ਦਾ ਫਿਗੂਰਾਤੋ ਇੰਪੋਨੇ ਦਿਦਾਰੇ ਲਾ ਪ੍ਰੈਜੀਡੈਂਸਾ ਆਈ ਵੀ ਕੋਰੀ ਪ੍ਰੋਮੀਨੀਐਂਟੀ ਦੈਲ ਸੈਂਸੋ ਪੋਸਟੋ, ਕਹਿੰਦਾ ਜਿਹੜਾ ਸਾਈਨ ਹੈ ਤੁਹਾਨੂੰ ਹੁਕਮ ਦਿੰਦਾ ਹੈ ਪਹਿਲ ਦੇਣ ਦੀ ਆਈ ਵੀ ਕੋਲੀ ਗੱਡੀਆਂ ਨੂੰ ਜਿਹੜੀਆਂ ਦੂਸਰੇ ਪਾਸਿਓਂ ਆਉਂਦੀਆਂ ਨੇ। ਪਰ ਨਹੀਂ ਜੀ ਇਹ ਸਭ ਕੁਛ ਵੀ ਨਹੀਂ ਹੈਗਾ, ਇੱਥੇ ਜਿਹੜਾ ਰੋਡ ਬਲੋਕ ਹੋਣ ਡਿਆ ਇਹ ਸਿਰਫ ਪੁਲ ਉੱਠੇਗਾ ਅਤੇ ਬੰਦ ਹੋ ਜਾਏਗਾ, ਠੀਕ ਹੈ ਜੀ ਇੱਕ ਟਾਈਮ 'ਤੇ। ਫਾਲਸੋ ਇਲ ਸੇਨੇਆਲੇ ਦਾ ਫਿਗੂਰਾਤੋ ਵੀਅਤਾ ਇਲ ਸੁਰਪਾਸੋ ਸੇ ਪੋਸਟੋ ਸੁਲ ਸਟਰਾਦਾ ਦੀ ਅਚੈਸੋ ਅਦ ਉਨਾ ਏਰੀਆ ਪੋਰਤੁਆਲੇ, ਕਹਿੰਦਾ ਜੀ ਤੁਹਾਨੂੰ ਮਨਾ ਹੈ ਓਵਰਟੇਕ ਕਰਨਾ ਵੀਅਤਾ ਇਲ ਸੁਰਪਾਸੋ ਸੇ ਪੋਸਟੋ ਸੁਲ ਸਟਰਾਦਾ ਦੀ ਅਚੈਸੋ, ਵੀ ਜਦੋਂ ਤੁਸੀਂ ਅੰਦਰ ਵੜਨ ਡੇ ਹੋ ਉਨ ਏਰੀਆ ਪੋਰਤੁਆਲੇ ਇੱਕ ਏਰੀਆ ਜਿੱਥੇ ਬੰਦਰਗਾਹ ਹੈ, ਕਹਿੰਦਾ ਜੋ ਤੁਸੀਂ ਬੰਦਰਗਾਹ ਦੇ ਏਰੀਆ ਕਹਿੰਦਾ ਜੋ ਤੁਸੀਂ ਬੰਦਰਗਾਹ ਵਿੱਚ ਵੜਨ ਲੱਗੇ ਹੋ ਉਦੋਂ ਤੁਹਾਨੂੰ ਸੁਰਪਾਸੋ ਕਰਨਾ ਮਨਾ ਹੈ। ਨਹੀਂ ਜੀ ਫਾਲਸੋ, ਕਿਉਂਕਿ ਇਹ ਬੰਦਰਗਾਹ ਹੀ ਨਹੀਂ ਹੈਗੀ ਇਸ ਕਰਕੇ ਆਪਾਂ ਨੂੰ ਇਹ ਫਾਲਸੋ ਹੀ ਕਰਨਾ ਪੈਣਾ। ਇਲ ਸੇਨੇਆਲੇ ਦਾ ਫਿਗੂਰਾਤੋ ਪ੍ਰਨੂੰਚਾ ਉਨ ਪਸਾਜੋ ਵਾਲੀ ਵੈਲੋ ਕੌਣ ਬਰੀਅਰ ਹੈ, ਫਾਲਸੋ ਆਪਾਂ ਨੂੰ ਪਤਾ ਹੈ ਪਸਾਜੋ ਵਾਲੀ ਵੈਲੋ ਕੀ ਹੁੰਦਾ, ਠੀਕ ਹੈ ਜੀ। ਵਧਦੇ ਹਾਂ ਜੀ ਅੱਗੇ 103 ਸੇਨੇਆਲੇ ਦੀ ਬੰਕੀਨਾ ਪੈਰੀਕੋਲੋਜ਼ਾ, ਬੰਕੀਨਾ ਤੁਹਾਨੂੰ ਪਤਾ ਹੀ ਹੈ ਜੀ ਇਹ ਰੋਡ ਇਸ ਤੱਕ ਹੈ, ਅੱਗੇ ਹੈ ਬੰਕੀਨਾ ਜਿਹੜਾ ਆਫ ਰੋਡ ਹੁੰਦਾ ਬਿਲਕੁਲ ਕੁਛ ਨਹੀਂ ਹੁੰਦਾ ਇੱਥੇ, ਆਪਣੇ ਲੋ ਤੁਸੀਂ ਕਈ ਜਗ੍ਹਾ ਵੇਖੀ ਨਹੀਂ ਰੋਡ 'ਤੇ, ਅਤੇ ਸਪੈਸ਼ਲੀ ਉੱਥੇ ਦਿਖਦੀ ਹੈ ਜਦੋਂ ਇੱਕ ਪਾਸੇ ਰੋਡ ਹੋਵੇ ਅਤੇ ਰੋਡ ਦੇ ਨੀਚੇ ਵਾਲਾ ਪਾਸਾ ਜਿਹੜਾ ਇਹ ਵਾਲਾ ਹੀ ਨੀਵੇਂ ਵਾਲੇ ਪਾਸੇ ਜਾਂਦਾ ਹੋਵੇ, ਜਾਂ ਇੱਥੇ ਖਾਲ ਹੋਵੇ ਜਾਂ ਕੁਛ ਹੋਵੇ ਇੱਥੇ ਵੀ ਜਿਹਦੇ ਨਾਲ ਹੈ ਗੱਡੀ ਇੱਕ ਸਾਈਡ ਨੂੰ ਚੁੱਕ ਜਾਏ, ਠੀਕ ਹੈ, ਮਤਲਬ ਕਿ ਇੱਥੇ ਕੁਛ ਖਾਲ ਟਾਈਪ ਹੋਵੇ ਜਾਂ ਫਿਰ ਰੋਡ ਇੱਥੇ ਖਰਾਬ ਜਿਹਾ ਹੋਵੇ, ਇਸ ਕਰਕੇ ਇਹ ਬਣੀ ਹੁੰਦੀ ਹੈ, ਠੀਕ ਹੈ ਜੀ। ਲੱਗਦੇ ਹਾਂ ਪਹਿਲੇ ਕੁਸ਼ਚਨ ਨਾਲ 103 ਪੇਜ, ਇਲ ਸੇਨੇਆਲੇ ਦਾ ਫਿਗੂਰਾਤੋ ਪ੍ਰਨੂੰਚਾ ਉਨ ਤ੍ਰਾਤੋ ਦੀ ਸਤਰਾਦਾ ਕੌਣ ਬੰਕੀਨਾ ਕਿਹਦੇ ਬੋਲੇ, ਕਿਹਦੇ ਬੋਲੇ ਟੁੱਟਾ ਹੋਇਆ, ਕਹਿੰਦਾ ਜੇ ਇੱਕ ਬੰਕੀਨਾ ਜਿਹੜਾ ਟੁੱਟਾ ਹੋਇਆ ਹੋ ਸਕਦਾ, ਠੀਕ ਹੈ ਜੀ। ਵੇਰੋ ਇਲ ਸੇਨੇਆਲੇ ਰੇ ਫਿਗੂਰਾਤੋ ਪ੍ਰਨੂੰਚਾ ਉਨ ਤ੍ਰਾਤੋ ਦੀ ਸਤਰਾਦਾ ਕੌਣ ਬੰਕੀਨਾ ਨੋਨ ਪ੍ਰਤੀਕਾਬਿਲੇ, ਪ੍ਰਤੀਕਾਬਿਲੇ ਹੁੰਦਾ ਜੀ ਚੱਲਣ ਦੇ ਲਾਇਕ, ਠੀਕ ਹੈ ਜੀ। ਕਹਿੰਦਾ ਇੱਕ ਸੜਕ ਦਾ ਹਿੱਸਾ ਹੈ ਬੰਕੀਨਾ ਦੇ ਨਾਲ ਜਿਹਦੇ 'ਤੇ ਆਪਾਂ ਗੱਡੀ ਨਹੀਂ ਚਲਾ ਸਕਦੇ, ਠੀਕ ਹੈ, ਚੱਲਣ ਦੇ ਲਾਇਕ ਨਹੀਂ ਹੈਗਾ। ਇਲ ਸੇਨੇਆਲੇ ਦਾ ਫਿਗੂਰਾਤੋ ਪ੍ਰਨੂੰਚਾ ਉਨ ਪੋਸੀਬਲੇ ਪੇਰੀਕੋਲੋ ਦੀ ਕਾਦੂਤਾ ਨੇ ਲਾਕੁਨੇਤਾ ਲਤੇਰਾਰੇ ਅਲਾ ਸਤਰਾਦਾ, ਇੱਥੇ ਜੋ ਇਹ ਗੱਲ ਕਰਦਾ ਹੈ ਕਿ ਹੋ ਸਕਦਾ ਪੋਸੀਬਲੇ ਪੇਰੀਕੋਲੋ ਵੀ ਖਤਰਾ ਹੋ ਸਕਦਾ ਹੈ ਦੀ ਕਾਦੂਤਾ ਡਿੱਗਣ ਦਾ ਨਹੀਂ ਨੇ ਲਾਕੁਨੇਤਾ, ਕੁਨੇਤਾ ਮਤਲਬ ਕੋਈ ਖਾਲ ਟਾਈਪ, ਲਤੇਰਾਲੇ ਸਾਈਡ 'ਚ ਅਲਾ ਸਤਰਾਦਾ ਵੀ ਜਿਹੜਾ ਸਾਈਡ 'ਤੇ ਬਣਿਆ ਹੋਇਆ ਸੜਕ ਦੇ ਸਾਈਡ ਵਿੱਚ ਕੋਈ ਖਾਲ ਟਾਈਪ ਬਣੀ ਹੋਈ ਉਹਦੇ ਵਿੱਚ ਡਿੱਗਣ ਦਾ ਖਤਰਾ ਬਣਿਆ ਰਹਿੰਦਾ, ਠੀਕ ਹੈ ਜੀ। ਮੇਰੋ ਇਲ ਸੇਨੇਆਲੇ ਦਾ ਫਿਗੂਰਾਤੋ ਪ੍ਰਨੂੰਚਾ ਉਨ ਤ੍ਰਾਤੋ ਦੀ ਸਤਰਾਦਾ ਕੌਣ ਬੰਕੀਨਾ ਪੇਰੀਕੋਲੋਜ਼ਾ, ਕਹਿੰਦਾ ਜਿਹੜਾ ਨਿਸ਼ਾਨੇ ਤੁਹਾਨੂੰ ਕਹਿੰਦਾ ਵੀ ਬੰਕੀਨਾ ਬਹੁਤ ਖਤਰਨਾਕ ਹੈ, ਠੀਕ ਹੈ ਜੀ। ਵੇਰੋ ਇਲ ਸੇਨੇਆਲੇ ਦਾ ਫਿਗੂਰਾਤੋ ਹੈ ਉਨ ਸੇਨੇਆਲੇ ਦੀ ਪੇਰੀਕੋਲੋ, ਹਾਂਜੀ ਪੇਰੀਕੋਲੋ ਦਾ ਇਨ ਪ੍ਰੈਜੈਂਸ ਆ ਦਿਲ ਸੇਨੇਆਲੇ ਦਾ ਫਿਗੂਰਾਤੋ ਹੈ ਕੌਣ ਸਿਲਿਆਦਲੇ ਨੋਨ ਅਵਿਚਿਨਾਰ ਸੀ ਤ੍ਰੋਪੋ ਅਲ ਮਾਰਜਿਨੇ ਦੈਸਤਰੋ ਦਰ ਸਤਰਾਦਾ, ਕੌਣ ਸਿਲਿਆਦਲੇ ਹੁੰਦਾ ਜੀ ਸੁਜੈਸ਼ਨ ਦੇਣ ਇੱਕ ਤਰ੍ਹਾਂ ਦਾ, ਠੀਕ ਹੈ ਜੀ, ਵੀ ਤੁਹਾਨੂੰ ਕਹਿੰਦਾ ਮਤਲਬ ਕਿ ਜੀ ਤੁਹਾਨੂੰ ਕਹਿੰਦਾ ਤੁਹਾਨੂੰ ਇੱਕ ਸੁਜੈਸ਼ਨ ਦਿੰਦਾ ਤੁਹਾਨੂੰ ਇੱਕ ਰਾਹ ਦਿੰਦਾ ਆਪਣੀ ਵੀ ਨੋਨ ਅਵਿਚਿਨ ਆਰ ਸੀ ਵੀ ਨੇੜੇ ਨਹੀਂ ਜਾਣਾ ਤ੍ਰੋਪੋ ਜ਼ਿਆਦਾ ਅਲ ਮਾਰਜਿਨ ਦੈਸਤਰੋ ਜੇ ਆਪਣੇ ਸੱਜੇ ਵਾਲੇ ਪਾਸੇ ਜ਼ਿਆਦਾ ਨਹੀਂ ਜਾਣਾ
ਮਤਲਬ ਕਿ ਰੋਡ ਦੇ ਸੱਜੇ ਵਾਲੇ ਪਾਸੇ ਜ਼ਿਆਦਾ ਨਹੀਂ ਜਾਣਾ ਕਿਉਂਕਿ ਉੱਥੇ ਕੁਝ ਹੋ ਸਕਦਾ ਹੈ, ਕੋਈ ਬੰਕੀ ਨਾ ਟੁੱਟਾ ਹੋ ਸਕਦਾ ਜਾਂ ਫਿਰ ਉੱਥੇ ਵੀ ਖਾਲ ਹੋ ਸਕਦੀ ਹੈ, ਡਿੱਗਣ ਦਾ ਖਤਰਾ ਉੱਥੇ ਬਣਿਆ ਰਹਿੰਦਾ ਹੈ, ਇਸ ਕਰਕੇ ਉਹਦੇ ਜ਼ਿਆਦਾ ਨੇੜੇ ਨਹੀਂ ਜਾਣਾ. Il segnale raffigurato deve essere integrato con un segnale di limiti di velocità. Quando è in alto, noi il speed limit o vi lichi ho sagli. Passo di in una speed limit da cui la nanica e il distrof a fami a pratti a raccomanda maraja. Il segnale raffigurato è un segnale di indicazione. Nei è pericolo da sign indicazione vinica. Il segnale raffigurato pronuncia di divieto di continuare da percorrere quella strada. Quando è in manata, continue. ड्राइव करना ऐसी सड़क पे, ऐसा भी कुछ नहीं है जी. फालसो. इल सिग्नाले रफिगुरातो प्रनुंचा उना स्ट्रादा दिस स्टाता खराब, कहना भी एक सड़क है जी खराब है, पर सड़क नहीं थे बंकी ना खराब है, ठीक है जी. फालसो. इल सिग्नाले रफिगुरातो प्रनुंचा ला प्रेजेंसा दी पेट्रिस्को सुला पाविमेंटाज़ियोने. पेट्रिस्को होंदा बजरी, ठीक है जी, छोटे छोटे जो पत्थर होंगे ने, कहना जिते तेरे फर्श थे इतने बजरी बुजरी हो सकती. Nei giappa banchini di galagarne, e c'è questa cosa da niente. Il segnale raffigurato pronuncia il pericolo di allagamento della carreggiata. Allagamento, tanto un pelante di barhondi, e pani te carao, se te cana catra e te barhonda, te per carreggiata te. Falso. Il segnale raffigurato pronuncia un sbucco su un mollo. Sbucco, tanto un pelante di buonda, endonda, che si da endia, che si da mu. Un mollo da di carta. ਜਾਂ ਛੋਟਾ ਪ੍ਰਕਾਰ ਨਹਿਰ ਟਾਈਪ, ਕਹਿੰਦਾ ਇੱਥੇ ਮੂੰਹ ਹੋ ਸਕਦਾ ਇੱਕ ਨਹਿਰ ਦਾ ਜਾਂ ਘਾਟ ਦਾ, ਠੀਕ ਹੈ ਜੀ. ਫਾਲਸੋ, ਐਸਾ ਕੁਛ ਨਹੀਂ ਹੈਗਾ. ਸੋ ਐਸੀ ਗੱਲ ਜੀ, ਅੱਜ ਦਾ ਆਪਣਾ ਐਪੀਸੋਡ ਜ ਆਪਾਂ 103 ਪੇਜ ਕੰਪਲੀਟ ਕਰ ਲੈਣੇ, 100 ਵੱਜ ਗਈ ਹੈ ਆਪਣੀ, ਥੋੜ੍ਹਾ ਹੀ ਦੂਰ ਰਹਿ ਗਿਆ ਆਪਣਾ ਕੰਮ. ਸੋ ਸਾਥ ਦਿੰਦੇ ਰਹੋ ਪੀਬੀਕੇ ਚੈਨਲ ਦਾ. ਅਤੇ ਇੱਕ ਮੇਰੇ ਭਾਈ ਦਾ ਕਮੈਂਟ ਵੀ ਆਇਆ ਸੀ, ਉਹ ਕਹਿੰਦੇ ਸੀ ਕਿ ਵੀ ਭਾਈ ਜਿਹੜਾ ਤੁਸੀਂ ਇੱਕ ਸਵਾਲ ਪੁੱਛਦੇ ਹੋ ਇੱਕ ਸਕਰੀਨਸ਼ਾਟ ਜਾਂ ਕੋਈ ਵੀ ਫੋਟੋ ਸਾਨੂੰ ਦਿਖਾਇਆ ਕਰੋ. ਸੋ ਉਹਨਾਂ ਦੀ ਗੱਲ ਨੂੰ ਸਿਰ ਮੱਥੇ ਰੱਖਦੇ ਹੋਏ ਆਪਾਂ ਜਿਹੜਾ ਤੁਹਾਡੇ ਕੋਲ ਸਵਾਲ ਪੁੱਛਾਂਗੇ ਉਹਦਾ ਇੱਕ ਸਕਰੀਨਸ਼ਾਟ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ. ਅਤੇ ਹੁਣ ਵਾਰੀ ਆਉਂਦੀ ਜੀ ਪਿਛਲੀ ਵੀਡੀਓ 'ਚ ਪੁੱਛੇ ਗਏ ਸਵਾਲ ਦੀ. ਪਿਛਲੀ ਵੀਡੀਓ 'ਚ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਸੀ ਕਿ è consentito spostare la segnalatica stradale dopo aver avvisato agli organi di polizia. ਮਤਲਬ ਕਿ ਜੀ ਆਪਾਂ ਸਾਈਨ ਜਿਹੜੇ ਹੈ ਨੇ ਸੜਕ ਵਾਲੇ ਉਹਨਾਂ ਨੂੰ ਹਟਾ ਸਕਦੇ ਹਾਂ ਪੁਲਿਸ ਵਾਲਿਆਂ ਕੋਲੋਂ ਪੁੱਛ ਕੇ, ਪਰ ਨਹੀਂ ਜੀ ਆਪਾਂ ਕਿਸੇ ਵੀ ਤਰ੍ਹਾਂ ਦਾ ਸਾਈਨ ਸੜਕ ਤੋਂ ਨਹੀਂ ਹਟਾ ਸਕਦੇ. ਸੋ ਜਿਨ੍ਹਾਂ ਨੇ ਆਨਸਰ ਸਹੀ ਦਿੱਤਾ ਉਹਨਾਂ ਨੂੰ ਵਧਾਈਆਂ, ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਕੋਈ ਚੱਕਰ ਨਹੀਂ ਵੀਰੇ, ਵਧੀਆ ਚੀਜ਼ ਸਿੱਖੀ ਅਜੇ ਇੱਕ ਹੋਰ. ਨੈਕਸਟ ਟਾਈਮ ਲਈ ਗੁੱਡ ਲੱਕ. ਅਤੇ ਹੁਣ ਵਧਦੇ ਹਾਂ ਜੀ ਅੱਜ ਦੇ ਕੁਐਸਚਨ ਲਈ ਜਿਹੜਾ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਪੁੱਛਾਂਗਾ. ਸੋ ਮੇਰਾ ਅੱਜ ਦਾ ਸਵਾਲ ਹੈ ਜੀ, ਇਲ ਸਿਗਨਾਲੇ ਰੈਫਿਗੁਰਾਤੋ ਪ੍ਰਨੁੰਚਾ ਉਨਾ ਸਟਰਾਦਾ ਦੇ ਫੋਰਮਾਤਾ, ਵੈਰੋ ਜਾਂ ਫਾਲਸੋ? ਮੈਨੂੰ ਕਮੈਂਟਾਂ ਵਿੱਚ ਲਿਖ ਕੇ ਦੱਸਿਓ. ਇਹ ਸੀਗਾ ਜੀ ਆਪਣਾ ਅੱਜ ਦਾ ਕੁਐਸਚਨ, ਹੁਣ ਮਿਲਾਂਗੇ ਨੈਕਸਟ ਵੀਡੀਓ ਵਿੱਚ. ਰੱਬ ਰਾਖਾ.